स्वागत है जी एक बार फिर थोड़ा जस पंजाबी दे शो फायर लाइन दे विच। और सब तो पहला बलतेज पन्नू दी सत श्री अकाल प्रवान होवे जी। और अज दे इस प्रोग्राम दे विच असी गलबात कुछ जिहड़ी जी ओह करांगे पिछले दिनां दे विच चर्चा दे विच रही कुछ महीने जिहड़ा जी कुछ समा हो गया एक्चुअली जदों सर्जिकल स्ट्राइक दे बारे दे विच बड़ा चर्चा होया सी। बड़े सारे सवाल जिहड़े सी ओह विरोधी धिरां ने उठाए सी इस सर्जिकल स्ट्राइक दे बारे दे विच। ओह क्वेश्चन कर रहे सन कि इहदा कोई सबूत दित्ता जाणा चाहीदा। उस टाइम दे उत्ते इह वाहवा चर्चा दा विशा बनी रही। पिछले दिनां दे विच इक प्राइवेट टीवी चैनल ने इहदी कुछ फुटेज जिहड़ी सी ओह दिखा दित्ती और दावा इह कीता गया कि जिहड़ी सर्जिकल स्ट्राइक पाकिस्तान दे जिहड़ा पाकिस्तान आकूपाइड कश्मीर है उस साइड दे उत्ते अंदर जा के फौज ने कीती सी इह वीडियो उहदे नाल संबंधित है। इहनूं लै के इक वारी फिर एक बहुत वड्डा चर्चा जिहड़ा ओह सियासी तौर दे उत्ते मुल्क दे विच छिड़िया होया है इस गल नूं लै के कि इह सर्जिकल स्ट्राइक दी वीडियो असली है जां नकली है जां नाल दी नाल इह लै के कि की इह जारी कीती जानी चाहीदी सी। सुरक्षा जिहड़े पॉइंट ऑफ व्यू तों जे देखिया जावे तां ओह की सही है जां गलत है, की जिहड़ी फौज है ओह दूसरे मुल्क दे अंदर जा के सर्जिकल स्ट्राइक अक्सर करदी है, जे ओह करदी है तां कदी पहलां वीडियोज़ रिलीज़ हुंदियां ने उहदा सियासी लाहा लैण दे वास्ते। ਇਹ ਸਾਰੀਆਂ ਗੱਲਾਂ ਦੇ ਵਾਸਤੇ ਜੇ ਕਿਸੇ ਐਕਸਪਰਟ ਦੀ ਗੱਲ ਕਰਨੀ ਹੋਵੇ ਤਾਂ ਇੱਕ ਬਹੁਤ ਰਿਸਪੈਕਟਡ ਨਾਮ ਹੈ ਜਿਹੜੇ ਕੰਟੀਨਿਊਸ ਵੱਖ ਵੱਖ ਆਰਟੀਕਲਸ ਵੱਖ ਵੱਖ ਅਖਬਾਰਾਂ ਦੇ ਵਿੱਚ ਲਿਖਦੇ ਨੇ। ਮੈਂ ਖੁਦ ਪੜ੍ਹਦਾ ਔਰ ਮੈਂ ਇਸ ਗੱਲ ਨੂੰ ਥੋੜ੍ਹਾ ਕਈ ਵਾਰੀ ਹੈਰਾਨ ਹੁੰਦਾ ਕਿ ਇੰਨਾ ਜ਼ਿਆਦਾ ਕੁਛ ਲਿਖਣਾ, ਕਿਉਂਕਿ ਇੱਕ ਆਰਟੀਕਲ ਨੂੰ ਲਿਖਣ ਦੇ ਵਾਸਤੇ ਪਤਾ ਨਹੀਂ ਕਿੰਨਾ ਕੁ ਜਿਹੜਾ ਉਹ ਪੜ੍ਹਨਾ ਪੈਂਦਾ। ਬਿਨਾਂ ਜਿਹੜੀਆਂ ਫੈਕਟਸ ਐਂਡ ਫਿਗਰਸ ਦਿੱਤੇ ਤੋਂ ਜੇ ਤੁਸੀਂ ਆਰਟੀਕਲ ਲਿਖਦੇ ਹੋ ਤਾਂ ਉਹਦਾ ਕੋਈ ਮਾਇਨਾ ਨਹੀਂਗਾ। ਜਦੋਂ ਤੁਸੀਂ ਉਹ ਸਾਰੇ ਫੈਕਟਸ ਫਿਗਰਸ ਦੱਸਦੇ ਹੋ ਉਦੋਂ ਕੀ ਸੀ, ਜਦੋਂ ਤੁਸੀਂ ਜੌਬ ਦੇ ਉੱਤੇ ਸੀ ਅੱਜ ਕੀ ਹੈ, ਕਿਉਂਕਿ ਚੇਂਜਸ ਹੁੰਦੀਆਂ ਨੇ। ਜੇ ਤੁਸੀਂ ਉਹ ਚੇਂਜਸ ਦੀ ਗੱਲ ਨਹੀਂ ਕਰੋਗੇ ਤਾਂ ਫਿਰ ਉਹ ਪਰਫੈਕਟ ਨਹੀਂ ਹੋਊਗਾ, ਅਤੇ ਜੇ ਪਰਫੈਕਟ ਕਰਨਾ ਤਾਂ ਉਹਦੇ ਵਾਸਤੇ ਪੜ੍ਹਨਾ ਪੈਣਾ। ਸੋ ਇਹਦੇ ਵਾਸਤੇ ਅਸੀਂ ਅੱਜ ਇਸ ਸਟੂਡੀਓ ਦੇ ਵਿੱਚ ਜਿਨ੍ਹਾਂ ਨੂੰ ਸੱਦਾ ਦਿੱਤਾ ਉਹ ਰਿਟਾਇਰਡ ਬ੍ਰਿਗੇਡੀਅਰ ਨੇ, ਇੱਕ ਬਹੁਤ ਹੀ ਰਿਸਪੈਕਟਡ ਨਾਮ ਜੋ ਮੈਂ ਕਿਹਾ, ਕੁਲਦੀਪ ਸਿੰਘ ਕਾਲੋਂ ਜੀ। ਜੀ ਆਇਆਂ ਨੂੰ ਜੀ ਪ੍ਰੋਗਰਾਮ। ਕਾਲੋ ਸਾਹਿਬ, ਇਹ ਤੋਂ ਪਹਿਲਾਂ ਕਿ ਆਪਾਂ ਸਾਰੀ ਗੱਲਬਾਤ ਜਿਹੜੀ ਹੈ ਜੀ ਉਹਦੇ ਉੱਤੇ ਕਰੀਏ, ਤਾਂ ਆਪਾਂ ਰੱਖਾਂਗੇ ਇਹਦੇ ਉੱਤੇ ਫੋਕਸ ਜਿਹੜਾ ਜੀ ਉਹ ਫੌਜ ਦੇ ਉੱਤੇ, ਫੌਜ ਦੀਆਂ ਕਾਰਵਾਈਆਂ ਦੇ ਉੱਤੇ, ਸਰਜੀਕਲ ਸਟ੍ਰਾਈਕ ਦੇ ਉੱਤੇ, ਸਰਹੱਦੀ ਖੇਤਰਾਂ ਦੇ ਉੱਤੇ ਗੱਲਬਾਤ ਜਿਹੜੀ ਹੈ ਜੀ ਉਹ ਥੋੜ੍ਹੀ ਕਰਾਂਗੇ। ਮੈਂ ਇੱਕ ਤੁਹਾਡੇ ਤੋਂ ਇੱਕ ਬੜਾ ਸੈਂਸਿਟਿਵ ਜਿਹੜਾ ਪਾਰਟ ਉਹਦੇ ਬਾਰੇ ਵੀ ਜਾਣਨਾ ਚਾਹੂੰਗਾ ਇਸ ਪ੍ਰੋਗਰਾਮ ਦੇ ਦੌਰਾਨ ਕਿ ਕੀ ਕਾਰਨ ਹੋ ਗਿਆ ਕਿ ਪੰਜਾਬ ਦੇ ਵਿੱਚ ਡਰੱਗ ਫੈਲ ਗਈ, ਅੱਜ ਪੰਜਾਬ ਦੇ ਵਿੱਚ ਜਿਹੜੀ ਫੌਜ ਸੀ ਜਿਹੜੀ ਭਾਰਤ ਦੀ ਫੌਜ ਸੀ ਉਹਦੇ ਵਿੱਚ ਪੰਜਾਬੀਆਂ ਦਾ ਬਹੁਤ ਵੱਡਾ, ਸਿੱਖਾਂ ਦਾ ਬਹੁਤ ਵੱਡਾ ਯੋਗਦਾਨ ਸੀ, ਅੱਜ ਉਹ ਕਿਉਂ ਘਟਦਾ ਜਾ ਰਿਹਾ, ਸਭ ਕੁਛ ਗੱਲ ਕਰਦੇ ਹਾਂ। ਪਰ ਮੈਂ ਬਰੀਫ ਦੇ ਵਿੱਚ ਸਰ, ਕਿਉਂਕਿ ਜਦੋਂ ਆਪਾਂ ਕਿਸੇ ਪਰਸਨੈਲਿਟੀ ਨੂੰ ਮਿਲਦੇ ਹਾਂ, ਕਿਸੇ ਨੂੰ ਜਾਣਦੇ ਹਾਂ, ਅਤੇ ਉਹ ਜਿੱਥੇ ਪਹੁੰਚੀ ਹੋਈ ਹੈ, ਬ੍ਰਿਗੇਡੀਅਰ ਦਾ ਅਹੁਦਾ ਬਹੁਤ ਉੱਚਾ ਅਹੁਦਾ ਹੈ ਜੀ, ਉਸ ਜਗ੍ਹਾ ਦੇ ਉੱਤੇ ਪਹੁੰਚਣਾ ਕੋਈ ਛੋਟੀ ਮੋਟੀ ਗੱਲ ਨਹੀਂ। ਪਰ ਅਕਸਰ ਉਸ ਅਹੁਦੇ ਦੀ ਗੱਲ ਹੋ ਜਾਂਦੀ ਹੈ, ਉਹਦੇ ਪਿੱਛੇ ਇਹ ਘੱਟ ਦੇਖਿਆ ਜਾਂਦਾ ਕਿ ਇਹਦੇ ਵਿੱਚ ਸਟਰਗਲ ਬੜੀ ਹੈ ਇੱਥੋਂ ਤੱਕ ਪਹੁੰਚਣ ਦੇ ਵਾਸਤੇ। ਬਰੀਫ ਦੇ ਵਿੱਚ ਮੈਂ ਜਾਣਨਾ ਚਾਹੁੰਦਾ, ਕਦੋਂ ਤੁਸੀਂ ਜੁਆਇਨ ਕੀਤਾ ਔਰ ਇਸ ਅਹੁਦੇ ਤੱਕ ਕਦੋਂ ਪਹੁੰਚੇ? ਮੇਰਾ ਜਨਮ ਸਿਆਲਕੋਟ ਵਿਖੇ 1 ਮਾਰਚ 1943 ਨੂੰ ਮਾਤਾ ਜਸਵੰਤ ਕੌਰ ਦੇ ਕੁੱਖੋਂ ਹੋਇਆ, ਅਤੇ ਗਿਆਨੀ ਪ੍ਰੀਤਮ ਸਿੰਘ ਕਾਲੋਂ ਮੇਰੇ ਫਾਦਰ ਸਾਹਿਬ ਉਸ ਸਮੇਂ ਕੋਆਪਰੇਟਿਵ ਸੁਸਾਇਟੀ ਵਿੱਚ ਤਾਇਨਾਤ ਸਨ, ਜੋ ਕਿ ਅਸਿਸਟੈਂਟ ਦੇ ਸਟਾਫ ਦੇ ਤੌਰ 'ਤੇ ਰਿਟਾਇਰ ਹੋਏ ਇੱਥੇ ਆਉਣ ਤੋਂ ਬਾਅਦ। ਅਤੇ ਅਸੀਂ ਮਾਈਗ੍ਰੇਟ ਕਰ ਗਏ ਜਿੱਦਾਂ ਬਾਕੀ ਉਦੋਂ ਮੁਲਕ ਦੀ ਵੰਡ ਹੋਈ ਹੈ ਜੀ, ਤਾਂ ਸਾਡੇ 1-4 ਸਾਲ ਮੇਰੀ ਉਮਰ ਸੀ, ਅਤੇ ਮੈਨੂੰ ਕਾਦੀਆਂ ਤੱਪੜ ਵਾਲੇ ਸਕੂਲ 'ਚ, ਕਿਉਂਕਿ ਸਭ ਕੁਝ ਛੱਡ ਛੱਡਾ ਕੇ ਆ ਗਏ ਸੀ, ਉੱਥੇ ਮੈਂ ਆਪਣੀ ਮੁੱਢਲੀ ਸਿੱਖਿਆ ਹਾਸਲ ਕੀਤੀ। ਫਿਰ ਮੈਂ ਕਾਲਜ 'ਚ ਵੀ ਉੱਥੇ ਸਿੱਖ ਨੈਸ਼ਨਲ ਕਾਲਜ ਕਾਦੀਆਂ, ਉੱਥੋਂ ਮੈਂ, ਮੇਰਾ ਇਹ ਮਿਸ਼ਨ ਸੀਗਾ ਕਿ ਮੈਂ ਫੌਜ 'ਚ ਭਰਤੀ ਹੋਣਾ। ਅੱਛਾ ਜੀ। ਕਮਿਸ਼ਨ ਜੋੜ ਲੈਣਾ। ਅੱਛਾ ਜੀ। ਸ਼ੁਰੂ ਤੋਂ ਹੀ? ਸ਼ੁਰੂ ਤੋਂ ਹੀ ਸੀ ਮੇਰਾ, ਜਦੋਂ ਮੈਂ ਹਾਕੀ ਖੇਡਦਾ ਸੀ ਸਕੂਲ ਦੇ ਵਿੱਚ, ਕਾਲਜ 'ਚ ਵੀ ਖੇਡੀ ਹੈ, ਬਾਕੀ ਗੇਮਾਂ 'ਚ ਵੀ, ਬਾਸਕਟਬਾਲ ਦੂਜੇ, ਅਤੇ ਮੇਰਾ ਉਹ ਮਿਸ਼ਨ ਜਿਹੜਾ ਸੀ ਮੈਨੂੰ ਕਾਮਯਾਬੀ NDA ਦੇ ਵਿੱਚ ਨਹੀਂ ਮਿਲੀ। ਅੱਛਾ ਜੀ। ਕਿਉਂਕਿ ਥੋੜ੍ਹਾ ਪੜ੍ਹਨ ਦੇ ਵਿੱਚ ਸਾਇੰਸ ਸਬਜੈਕਟ, ਮੈਥਮੈਟਿਕਸ, ਉਹ ਥੋੜ੍ਹੀਆਂ ਅੜਚਣਾਂ ਸਨ, ਮਗਰ ਮੇਰੇ ਪਿਤਾ ਜੀ ਨੇ ਮੈਨੂੰ ਸਾਇੰਸ ਨੋਨ ਮੈਡੀਕਲ ਖਾਤਾ ਕਾਲਜ, ਪਰ ਉਦੋਂ ਸ਼ਿਮਲਾ ਪੋਸਟਡ ਸੀ, ਮੈਂ ਛੱਡ ਛੱਡਾ ਕੇ 6 ਮਹੀਨੇ ਬਾਅਦ ਆਰਟਸ ਰੱਖ ਲਏ, ਜਿਹਦੇ ਵਿੱਚ ਮੇਰਾ ਇੱਕ ਮਜ਼ਬੂਨ ਇਕਨੋਮਿਕਸ, ਹਿਸਟਰੀ, ਪੰਜਾਬੀ, ਅੰਗਰੇਜ਼ੀ, ਆਪਸ਼ਨਲ NCC, ਅਤੇ ਮੈਂ NCC ਦੇ ਥਰੂ ਸੀ ਸਰਟੀਫਿਕੇਟ ਹਾਸਲ ਕੀਤਾ ਔਰ ਕਮਿਸ਼ਨ ਲਿਆ। ਮੇਰਾ ਮੁਝਮੇ ਕੁਛ ਨਹੀਂ, ਜੋ ਕੁਛ ਹੈ ਸੋ ਤੇਰਾ, ਤੇਰਾ ਤੁਝਕੋ ਸੌਂਪਤੇ ਕਿਆ ਲਾਗੇ ਮੇਰਾ। 20.5 ਸਾਲ ਦੀ ਉਮਰ 'ਚ ਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ, 27 ਸਤੰਬਰ 1963 ਨੂੰ ਮੈਨੂੰ ਕਮਿਸ਼ਨ ਹਾਸਲ ਹੋਇਆ, ਅਤੇ ਗੁਰੂ ਮਹਾਰਾਜ ਦੀ ਬਖਸ਼ਿਸ਼ ਨਾਲ ਆਪਣੇ 34 ਸਾਲ ਦੀ
ਸੇਵਾ ਕਾਲ ਦੌਰਾਨ ਵੱਖ ਵੱਖ ਅਹੁਦਿਆਂ 'ਤੇ ਵੱਖ ਵੱਖ ਸਿਚੁਏਸ਼ਨ 'ਚ ਕੰਮ ਕਰਨ ਦਾ ਮੌਕਾ ਮਿਲਿਆ। ਪੈਣ ਦੀ ਜੰਗ ਅਗਰ ਗੱਲ ਕੀਤੀ, ਮੈਂ ਉਸ ਵੇਲੇ ਚਾਈਨਾ ਬਾਰਡਰ 'ਤੇ ਸੀ, ਈਸਟਰਨ ਫਰੰਟ। 71 ਦੀ ਜੰਗ ਮੈਂ ਉਰੀ ਸੈਕਟਰ 'ਚ ਹਾਜੀ ਪੀਰ ਵੱਲੋਂ ਉੱਥੇ ਲੜੀ ਹੈ। ਅੱਛਾ। ਉਦੋਂ ਮੈਂ ਕੈਪਟਨ ਸੀਗਾ, ਮੇਜਰ ਬਣ ਗਏ ਕੈਪਟਨ। ਅਤੇ ਉਦੋਂ ਬਾਅਦ ਮੈਨੂੰ ਫਿਰ ਜਿਹੜਾ ਪੀਰ ਪੰਜਾਲ ਦੇ ਦੂਸਰੇ ਪਾਸੇ, ਇੱਕ ਪਾਸੇ ਹੋ ਗਿਆ ਨਾਰਥ, ਫਿਰ ਸਾਊਥ ਆਫ ਪੀਰ ਪੰਜਾਲ, ਪੁੰਛ ਇਲਾਕੇ ਦੇ ਵਿੱਚ ਲਾਈਨ ਆਫ ਕੰਟਰੋਲ 'ਚ ਮੈਨੂੰ ਯੂਨਿਟ ਕਮਾਂਡ ਕਰਨ ਦਾ ਮੌਕਾ ਮਿਲਿਆ ਜੀ। ਫਿਰ ਜਦੋਂ ਮੈਂ ਬ੍ਰਿਗੇਡ ਕਮਾਂਡਰ ਮਿਲਿਆ, ਫਿਰ ਵਿੱਚ ਆਉਂਦੇ ਜਾਂਦੇ, ਫਿਰ ਮੈਂ ਭਾਵੇਂ ਤੈਨਾਤ ਹਿਮਾਚਲ ਸੀ ਮਗਰ ਫਿਰ ਵੀ ਉੱਥੇ ਜੇ ਐਂਡ ਕੇ ਦੇ ਵਿੱਚ ਓਪਰੇਸ਼ਨ ਟਾਸਕ ਸੀ। ਇਸ ਦਾ ਕੁੱਲ ਮਿਲਾ ਕੇ ਮੈਨੂੰ ਕਾਫੀ ਲੰਬਾ ਸਮਾਂ ਜੰਮੂ ਕਸ਼ਮੀਰ 'ਚ ਨੌਕਰੀ ਕਰਨ ਦਾ ਮਿਲਿਆ। ਫਿਰ ਮੇਰੀ ਲਾਸਟ ਪੋਸਟਿੰਗ, ਮੇਰੀ ਸ਼ੁਰੂਆਤ ਐਨ ਸੀ 'ਚ ਹੋਈ, ਪੰਨੂ ਸਾਹਿਬ ਮੇਰੀ ਲਾਸਟ ਪੋਸਟਿੰਗ ਬਾਅਦ ਡਿਪਟੀ ਡਾਇਰੈਕਟਰ ਜਨਰਲ ਐਨ ਸੀ ਸੀ ਉੱਤਰ ਪ੍ਰਦੇਸ਼। ਕਿਆ ਬਾਤ ਹੈ ਜੀ। ਖਾਲਸਾ ਸਾਹਿਬ, ਮੇਰੇ ਫਾਦਰ ਸਾਹਿਬ ਤੋਂ ਵੀ ਤੁਸੀਂ 1-2 ਸਾਲ ਵੱਡੇ ਹੋ, ਔਰ ਇੰਨਾ ਐਕਟਿਵ ਜਿਹੜਾ ਜੀ ਉਹ ਰਹਿਣਾ ਅੱਜ ਵੀ, ਜਿੰਨਾ ਤੁਸੀਂ ਕੁਛ ਲਿਖ ਲੈਂਦੇ ਹੋ, ਜਿਵੇਂ ਮੈਂ ਇੰਟਰੋਡਕਸ਼ਨ ਦੇ ਵਿੱਚ ਕਿਹਾ ਸੀਗਾ, ਇਹ ਸ਼ੌਕ ਹੈ? ਕਿਉਂਕਿ ਇੱਕ ਪੈਸ਼ਨ ਹੁੰਦਾ, ਇੱਕ ਕੰਪੈਸ਼ਨ ਹੁੰਦਾ ਜੀ, ਇਹ ਸ਼ੌਕ ਹੈ ਜਾਂ ਸ਼ੌਕ ਤੋਂ ਵੀ ਉੱਪਰ ਵਾਲੀ ਗੱਲ ਹੈ ਜੀ? ਇਹ ਸ਼ੌਕ ਦਾ ਵੈਸੇ ਕੋਈ ਮੁੱਲ ਨਹੀਂ ਹੁੰਦਾ। ਇਹ ਮੇਰਾ ਸ਼ੌਕ ਜਦੋਂ ਮੈਂ ਰਿਟਾਇਰਮੈਂਟ ਤੋਂ ਬਾਅਦ ਮੇਰੀ ਸਿਲੈਕਸ਼ਨ ਹੋ ਗਈ 12 ਬ੍ਰਿਗੇਡੀਅਰ ਦੇ ਵਿੱਚੋਂ ਐਜ਼ ਏ ਡਾਇਰੈਕਟਰ ਸੈਨਿਕ ਵੈਲਫੇਅਰ ਪੰਜਾਬ, ਨਾ ਆਰਮੀ ਹੈੱਡਕੁਆਰਟਰ DG ਵੱਲੋਂ ਡਾਇਰੈਕਟਰ ਜਨਰਲ ਰੀਸੈਟਲਮੈਂਟ ਬੁਲਾਉਂਦੇ ਨੇ, ਪ੍ਰੋਪਰ ਬੋਰਡ ਬੈਠਦਾ। ਅਤੇ ਮੈਨੂੰ ਇੱਥੇ ਕਿਹਾ ਗਿਆ ਪੰਜਾਬੀ 'ਚ ਕੰਮ ਕਰਨਾ ਪੈਂਦਾ, ਮੇਰੇ BA 'ਚ ਪੰਜਾਬੀ ਸਬਜੈਕਟ ਸੀਗਾ ਅਤੇ ਫਾਈਲਾਂ 'ਤੇ ਸਾਰਾ। ਅਤੇ ਮੈਨੂੰ ਇੱਕ ਡਿਪਟੀ ਐਡੀਟਰ ਸੀਗੇ ਭੁੱਲਰ ਸਾਹਿਬ, ਸ਼ਿੰਗਾਰਾ ਸਿੰਘ ਭੁੱਲਰ, ਉਹ ਮੈਨੂੰ ਕਹਿਣ ਲੱਗੇ ਪੰਜਾਬੀ, ਤੁਸੀਂ ਬ੍ਰਿਗੇਡੀਅਰ ਸਾਹਿਬ ਪੰਜਾਬੀ 'ਚ ਲਿਖਿਆ ਕਰੋ, ਅੰਗਰੇਜ਼ੀ ਤਾਂ ਬਹੁਤ ਲਿਖ ਲਿਆ। ਅਤੇ ਉਦੋਂ ਤੋਂ ਲੈ ਕੇ 21 ਸਾਲ ਹੋ ਗਏ ਨੇ, ਮੈਂ ਫਿਰ ਅੰਗਰੇਜ਼ 'ਚ ਲਿਖਣਾ ਛੱਡ ਕੇ, ਫੌਜ ਤਾਂ ਕਰਨਾ ਹੀ ਪੈਂਦਾ, ਲਿਖਣਾ ਵੀ ਪੈਂਦਾ, ਸਭ ਕੁਝ ਕਰਨਾ ਪੈਂਦਾ। ਉਦੋਂ ਬਾਅਦ ਆਸਤਾ ਆਸਤਾ ਮੇਰਾ ਝੁਕਾਨ ਰੁਝਾਨ ਇੰਨਾ ਹੋ ਗਿਆ ਕਿ ਹੁਣ ਮੈਨੂੰ ਲਗਨ ਇੰਨੀ ਲੱਗ ਚੁੱਕੀ ਹੈ ਕਿ ਦੇਖੋ ਮੈਂ 3-3:30 ਵਜੇ ਜਾਗ ਜਾਣਾ, ਸੈਰ ਵੀ ਕਰਨੀ ਹੈ, ਯੋਗ ਵੀ ਕਰਨਾ, ਮਾੜਾ ਮੋਟਾ ਕੁਛ ਨਾ ਕੁਛ ਫਿੱਟ ਰੱਖਣ ਵਾਸਤੇ ਬਹੁਤ ਜ਼ਰੂਰੀ ਹੈ। ਮਗਰ ਇਹ ਪੈਸ਼ਨ ਹੈ, ਇੱਕ ਜਨੂਨ ਹੈ, ਮੈਂ ਤਾਂ ਇਹੋ ਕਹਿ ਜੀ, ਇੱਕ ਪੈਸ਼ਨ, ਇੱਕ ਕੰਪੈਸ਼ਨ, ਹਾਂਜੀ, ਉਹ ਤੋਂ ਉੱਪਰ ਵਾਲੀ ਗੱਲ, ਜਿੱਦਾਂ ਮਰਜ਼ੀ ਇਹਨੂੰ ਕਹਿ ਲਓ, ਮਗਰ ਇਹ ਇੱਕ ਜਨੂਨ ਮੈਂ ਕਹਿੰਦਾ। ਕਿ ਹੁਣ ਇਸ ਤਰ੍ਹਾਂ ਕਿ ਅਖਬਾਰਾਂ ਵਾਲੇ ਵੀ, ਦੂਜੇ ਚੈਨਲ ਵਾਲੇ, ਜਦੋਂ ਮੇਰੇ 'ਤੇ ਇੰਨੀ ਆਸ ਰੱਖਦੇ ਨੇ, ਉਮੀਦ ਰੱਖਦੇ ਨੇ, ਅਤੇ ਮੈਨੂੰ ਫਿਰ ਉਹ ਤਿਆਰੀ ਤਾਂ ਕਰਨੀ ਹੈ। ਜਿੱਦਾਂ ਤੁਸੀਂ ਕਿਹਾ ਕਿ ਲੇਖ ਲਿਖਣਾ ਹੋਏ, ਤੁਸੀਂ ਆਪ ਇੰਨੇ ਵੱਡੇ ਪ੍ਰਸਿੱਧ ਪੱਤਰਕਾਰ ਹੋ, TV ਚੈਨਲ 'ਤੇ ਐਂਕਰ ਦਾ ਕੰਮ ਕਰਦੇ ਹੋ, ਅਤੇ ਮੈਂ ਸਮਝਦਾ ਕਿ ਇਸ ਪਾਸੇ ਜਦੋਂ ਕੋਈ ਲਗਨ ਲੱਗ ਜਾਏ ਤਾਂ ਫਿਰ ਉਹਦਾ ਕੋਈ ਅੰਤ ਨਹੀਂ। ਔਰ ਪੜ੍ਹੀਆਂ ਚੀਜ਼ਾਂ ਜਿਹੜੀਆਂ ਮੈਂ, ਪੰਨੂ ਸਾਹਿਬ, ਮੈਂ ਜਿਹੜੀਆਂ ਚੀਜ਼ਾਂ ਫੌਜ ਦੇ ਵਿੱਚ ਨਹੀਂ ਸਨ ਪੜ੍ਹੀਆਂ, ਇਹੋ ਜਿਹੇ ਕੰਪੇਨ, ਉਹ ਮੈਂ ਹੁਣ ਰਿਟਾਇਰਮੈਂਟ ਤੋਂ ਆ ਕੇ ਇੰਨੀ ਮਿਹਨਤ ਕਰਨਾ ਪੈ ਗਈ ਮੈਨੂੰ। ਕਿਉਂ? ਉਹਦੇ 'ਚ ਕੋਈ ਗੇਨ ਸਿਰਫ ਇਹੋ ਹੀ ਹੈ ਕਿ ਮੈਂ ਲੋਕਾਂ ਦੀ ਸਮਾਜ ਸੇਵਾ ਕਰਦਾ, ਉਹਨਾਂ ਦੇ ਹੱਕਾਂ ਦੀ ਆਵਾਜ਼ ਬੁਲੰਦ ਕਰਦਾ, ਭਾਵੇਂ ਕਿਸਾਨਾਂ ਦੀ ਹੋਏ ਜਾਂ ਜਵਾਨਾਂ ਦੀ ਹੋਏ। ਤੋ ਨਸ਼ਿਆਂ ਦੀ ਗੱਲ ਕੀਤੀ, ਉਹ ਵੀ ਆਪਾਂ ਗੱਲ ਕਰਦੇ, ਸੋ ਇਸ ਵਾਸਤੇ ਮੈਨੂੰ ਇਸ ਪਾਸੇ ਲਗਨ ਹੈ ਨੌਜਵਾਨਾਂ ਵਾਸਤੇ। ਔਰ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਗੁਰੂ ਮਹਾਰਾਜ ਬਖਸ਼ਿਸ਼ ਨਾਲ ਬਹੁਤ ਸਾਰੇ ਲੜਕੇ ਫੌਜ 'ਚ ਭਰਤੀ ਹੋਏ, ਹੁਣ ਤਾਂ ਬੜਾ ਕੰਪੀਟੀਸ਼ਨ ਟਫ ਹੋ ਗਿਆ, ਨਾਲੇ ਹੋਰ ਕਈ ਕਾਰਨ ਹੈ, ਮਗਰ ਕਈ ਕਮਿਸ਼ਨ ਵੀ ਲੈ ਗਏ, ਕਮਿਸ਼ਨ ਵੀ ਆ। ਮੈਂ ਸਮਝਦਾ ਇਹ ਵੱਡਾ ਇੱਕ ਸਮਾਜ ਨੂੰ ਦੇਣ ਹੁੰਦੀ ਹੈ ਜੇ ਗੁਰੂ ਮਹਾਰਾਜ ਬਖਸ਼ਿਸ਼, ਅਤੇ ਮੈਨੂੰ ਇਸ ਪਾਸੇ ਲਗਨ ਚੁਕਾਓ ਹੋ ਚੁੱਕਿਆ। ਬ੍ਰਿਗੇਡੀਅਰ ਸਾਹਿਬ, ਕਿਉਂਕਿ ਜਦੋਂ ਤੋਂ ਤੁਸੀਂ ਫੌਜ ਦੇ ਵਿੱਚ ਆਏ, ਉਦੋਂ ਜਿਹੜੀ ਇੱਕ ਸਰਹੱਦ ਸੀ ਉਹ ਖਿੱਚੀ ਜਾ ਚੁੱਕੀ ਹੋਈ ਸੀਗੀ, ਇਹਦੇ ਨਾਲ ਕਿਉਂਕਿ ਮੇਰਾ ਪਰਿਵਾਰ ਵੀ ਜਿਹੜਾ ਜੀ ਉਧਰੋਂ, ਅੱਜ ਵੀ ਅਸੀਂ ਰਿਫਿਊਜੀ ਹੋਣੇ ਆ, ਉਦੋਂ ਉੱਜੜ ਕੇ ਬਾਹਰ ਦੇ ਵਿੱਚੋਂ ਆਏ, ਤੁਸੀਂ ਦੱਸਿਆ ਸਿਆਲਕੋਟ ਦੇ ਵਿੱਚੋਂ ਤੁਸੀਂ ਆਏ। ਇਦੋਂ ਪਹਿਲਾਂ ਕਿ ਆਪਾਂ ਅਸਲ ਵਿਸ਼ੇ ਵੱਲ ਨੂੰ ਜਾਈਏ, ਇਸ ਖਿੱਚੀ ਗਈ ਲਾਈਨ ਦਾ ਪੰਜਾਬ ਨੂੰ ਕਿੰਨਾ ਕੁ ਨੁਕਸਾਨ ਹੋਇਆ? ਦੇਖੋ ਜੀ, ਇਹਦੇ 'ਚ ਪਹਿਲੀ ਗੱਲ ਹੈ, ਪਾਰਟੀਸ਼ਨ ਦੇ ਟਾਈਮ ਅਦਲਾ ਬਦਲੀ ਹੋਈ, ਅਨਡਿਵਾਈਡਡ ਪੰਜਾਬ ਦਾ ਕੋਈ ਰੁਤਬਾ, ਕੋਈ ਉਹਦੀ ਅਹਿਮੀਅਤ ਆਪਣੀ ਸੀ, ਵੈਸਟ ਪਾਕਿਸਤਾਨ, ਈਸਟ ਪਾਕਿਸਤਾਨ, ਸਾਰੇ ਪੰਜਾਬ, ਈਸਟ ਪੰਜਾਬ, ਹੁਣ ਉਹ ਚਲਾ ਗਿਆ, ਹਿੱਸਾ ਉਹਦਾ ਚਲਾ ਗਿਆ। ਅਤੇ ਨੁਕਸਾਨ ਇੰਡਸਟਰੀ ਦਾ, ਨੁਕਸਾਨ ਖੇਤੀਬਾੜੀ ਦਾ, ਉੱਥੇ ਜਿੱਦਾਂ ਤੁਸੀਂ ਗੱਲ ਕੀਤੀ ਹੈ ਕਿ ਇੰਨੀਆਂ ਜ਼ਮੀਨਾਂ ਦੇ ਮਾਲਕ ਉੱਥੋਂ ਆਏ ਜਦੋਂ ਉੱਜੜ ਕੇ, ਧਮਥਲ ਮੇਰਾ ਪਿੰਡ ਨਾਰੋਵਾਲ ਤਹਿਸੀਲ 'ਚ, ਅਤੇ ਉਹ ਅੱਧੀਆਂ ਵੀ ਨਹੀਂ ਰਹਿ ਗਈਆਂ। ਅਤੇ ਨੁਕਸਾਨ ਯੁਵਾ ਪੀੜ੍ਹੀ ਦਾ ਵੀ ਹੋਇਆ, ਜਿੱਦਾਂ ਕਿ ਅਸੀਂ ਉੱਥੇ ਛੱਡ ਛੜਾ ਕੇ ਆ ਗਏ ਅਤੇ ਇੱਥੇ ਉੱਥੇ ਕੰਟੀਨਿਊ ਰਹੀ ਅਤੇ ਇੱਥੇ ਆ ਕੇ ਸ਼ੁਰੂਆਤ ਕਰਨੀ ਪਈ। ਇਸ ਵਾਸਤੇ
मैं समझदा हाँ कि आज जड़ी समस्या बनी हुई है अगर जिस आधार से धर्म के आधार से वंड हुई तो पाकिस्तान ये समझ के कि वह उस दिन तो ही जदों तो शुरू हुआ जदों तो वंड हुई तो उन्होंने संघर्ष शुरू करता और सारा संघर्ष जम्मू कश्मीर ते पंजाब ते पैना शुरू जंगा भी लड़ी गई पैण दी जंग भी कत्तर दी जंग भी दूजी भी जिहड़ी लुकवीं भी हां जी हां लुकवीं जंग ते चल ही रही है उहदा असर ते देखो बिल्कुल बिल्कुल असर अधी सू जिलियां ते पै रहा बिल्कुल साडे नाल अज दे इस फायर लाइन दे विच मौजूद ने रिटायर्ड ब्रिगेडियर कुलदीप सिंह कालों जी और असी उहनां दे नाल गलबात जिहड़ी जी सर्जिकल स्ट्राइक जिहड़ी पिछले दिनां दे विच खास तौर दे उत्ते इक वीडियो जारी हुई है इहदे बारे दे विच करांगे इक छोटी जी ब्रेक तों बाद स्वागत है जी एक बार फिर फायर लाइन दे विच रिटायर्ड ब्रिगेडियर कुलदीप सिंह कालों जी अज साडे नाल मेहमान मौजूद ने पिछले दिनों तो वाद विवाद जिहड़ा छड़िया जिहड़ी कंट्रोवर्सी छिड़ी है उहदे बारे दे विच असी गलबात करन दे वास्ते ओवरऑल कुछ जिहड़ी जी गलबात करन दे वास्ते तुसीं जाणिया ब्रिगेडियर साहब की लाइफ के बारे दे विच कि किवें उह इस रैंक तक पहुँचे और जिहड़ी अज उहनां दी रिस्पैक्ट है उहदे गेन करन दे पिछे किड्डी लंबी जिहड़ी उह कहानी है ब्रिगेडियर साहब जिहड़ी फौज है कि उह अक्सर इस तरह के जड़ियाँ सर्जिकल स्ट्राइक है वो कर दी है इस तरह के फौज जड़ी सरकार की नीति होंगी है जी जो फौजा के सर्व उच्च कमांडर राष्ट्रपति राष्ट्रपति तो जी नीति तय होंगी है जिदा कि फौज की साड़ी नीति रही है पहलों डिफेंसिव ठीक रख्यात्मक दूसरी है वो ओफेंसिव आक्रमक ये बड़े हिस्से ने ऑफेंसिव डिफेंस स्पैशलाइज्ड ऑपरेशन तो ये एक हिस्सा है और फिर अवर्ट कवर्ट ऑपरेशन जेडे किसी के भाव से जिदा जंग लड़ी जाती है तो कोई लुक छुप के जिमें कि रेड करनी दुश्मन के इलाके जाके तो हल्ला बोलना उत्थे या एम्बुश करना काबू करना ये उहदे हिस्से ने फौज दे विच जिहड़ा रेड दा सिस्टम असी पढ़िया भी है ते पढ़ाया भी है ते उनू अमला च भी लियांदा वो रेड नू हुण जाके उनू सर्जिकल स्ट्राइक ओ कहण लग गए कहण लग गए असल विच जिहड़ा कॉन्सेप्ट है असल विच वो रेड दा हैगा जां एम्बुश दा हैगा ते फौज दे विच क्योंकि सिखलाई इहो जी है हर किस्म स्पैशलाइज ऑपरेशन हैलीबॉर्न ऑपरेशन दुश्मन पिछे जाके लिंक अप करके सो सारे किस्म के ऑपरेशन मगर रेड आप कंसिडर क्योंकि तो अलग हूँ सर्जिकल स्ट्राइक ये मैं जिस तरह तुम दसिया कि मैं लंबे अरसे तक जम्मू कश्मीर सेवा निभाई है तो रेड करते रहे मतलब लाइन ऑफ कंट्रोल पार करके उदों तो खैर आ फेंसिंग भी नहीं सी हुई जम्मू कश्मीर जी कि हूँ हुई है बाद 2003 तो बाद तो उत्थे जाके जेड़ा भी मंतव सीगा आफ्टरऑल हर एक चीज़ का कोई ना कोई उद्देश कोई ना कोई मंतव कोई ना कोई संकल्प होंदा तो उहदे असी पूरा करते रहे हैं इहो जिहे कारनामे भी किए ने जेड़े के ईवन दसन योग नहीं है अज भी नहीं मैं दस सकता मैं मेरा सवाल यही ब्रिगेडियर साहब होना सी अगला जरा कि वह दसे नहीं जाते होंगे सी ना ना बड़े सीक्रेट रखे दसन नहीं 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 बड़ा जेड़े ऑपरेशन इस किस्म के होंगे लुकवे वह दसे जाने चाहिए भी नहीं जी वह दसे होंगे पहले दसे भी नहीं गए नहीं करते भी रह गए इस कोई शक नहीं मगर आ जी हूँ सर्जिकल स्ट्राइक 2016 च हुई 28-29 सितंबर यह क्योंकि व्डे फ्रंट पर सी तकरीबन 250-300 किलोमीटर फ्रंट पे 9 लॉन्च पैड ते उत्थे जाके तकरीबन 3 किलोमीटर अतवादी कैंपां दे उत्ते हमला होया कोई नुकसान पहुंचया एक बड़ी कोआर्डीनेशन प्लानिंग दी जरूरत सी वो फैसला भी उपर लैवल ते मगर उस समय जो सरकार ने फैसला किया ते इनू एक प्रेस कॉन्फ्रेंस दे विच DGMO जनरल रणबीर सिंह दे जरिए वो उत्थे दसता ते नाले ये भी कहा कि असी पाकिस्तान नू ये दसता कि असी स्ट्राइक कीती है ते तुहाडे जिहड़ी कैजुअलिटीज हो रही ने ते वो तुसी संभाल सकते हो ये दसिया काफ़ी नुकसान होया उन्होंने और नाले भी कहा कि इस तों बाद ये एक किस्म पहली सी और इस तों बाद नहीं होएगी
ਇਹੋ ਜਿਹੀਆਂ ਗੱਲਾਂ ਨਹੀਂ ਦੱਸੀ ਜਾਂਦੀਆਂ ਕਿਉਂਕਿ ਇਹ ਇੱਕ ਕਿਸਮ ਦਾ ਗੁਪਤ, ਮੈਂ ਦੱਸਿਆ ਨਾ, ਇਹ ਅੰਦਰ ਖਾਤੇ ਓਪਰੇਸ਼ਨ ਹੁੰਦਾ, ਇਹਦੀ ਪਲੈਨਿੰਗ, ਇਹਦੀ ਹਥਿਆਰ ਸਾਜੋ ਸਮਾਨ ਕਿਸ ਤਰੀਕੇ ਨਾਲ, ਟੈਕਟਿਕਸ ਜਿਹਨੂੰ ਕਹਿੰਦੇ ਨੇ, ਟੈਕਟੀਕਲ ਮੂਵ, ਅਤੇ ਇਹ ਨਹੀਂ ਹੁੰਦੀ ਰਹੀ ਪਹਿਲੋਂ। ਇਹ ਹੁਣ ਹੋਈ ਹੈ, ਉਦੋਂ ਫਿਰ ਇਹ ਚਰਚਾ ਛਿੜ ਗਈ ਕਿ ਪਾਕਿਸਤਾਨ ਤਾਂ ਕਹਿ ਹੀ ਦਿੱਤਾ, ਉਦੋਂ ਵੀ ਕਿਹਾ ਅਤੇ ਅੱਜ ਵੀ ਕਹਿ ਰਿਹਾ ਪਾਕਿਸਤਾਨ ਕਿ ਇਹ ਨਹੀਂ ਹੋਈ। ਮੈਂ ਬਹੁਤ ਵਾਰੀ ਜਿਹੜੀ ਆ ਉਹ ਮਿਲਟਰੀ ਨੂੰ ਇਨਵੋਲਵ ਹੋਣਾ ਪਿਆ, ਬੜੇ ਸਾਰੇ ਥਾਵਾਂ ਦੇ ਉੱਤੇ ਹੋਣਾ ਪਿਆ। ਕਦੀ ਜਿਹੜੀ ਤੁਸੀਂ ਗੱਲ ਕੀਤੀ ਪ੍ਰੈਸ ਕਾਨਫਰੰਸ ਜਿਹੜੀ ਉਹ ਕਰਕੇ, ਪਹਿਲਾਂ ਇਹ ਨਹੀਂ ਸੀ ਹੋਇਆ, ਕੀ ਹੁਣ ਇਹ ਸਿਆਸਤ ਕਰਕੇ ਹੋਇਆ, ਜਾਣ ਬੁੱਝ ਕੇ ਕਰਵਾਇਆ ਸਿਆਸੀ ਲੋਕਾਂ ਨੇ, ਕਿ ਤੁਸੀਂ ਦੱਸੋ ਜਾ ਕੇ? ਫੌਜ ਜਿਹੜੀ ਹੈ ਆਪਣੇ ਆਪ ਇਸ ਕਿਸਮ ਦੀ ਪ੍ਰੈਸ ਕਾਨਫਰੰਸ ਨਹੀਂ ਕਰਦੀ ਜੀ, ਕਿਸੇ ਵੀ ਓਪਰੇਸ਼ਨ ਦਾ। ਜੇ ਕੋਈ ਵੱਡੀ ਜੰਗ ਲੜੀ ਗਈ ਹੈ ਤਾਂ ਉਸ ਤੋਂ ਬਾਅਦ ਉਹ ਉਹਦੀਆਂ ਸਟੱਡੀ ਹੁੰਦੀ ਹੈ, ਪ੍ਰੈਜੈਂਟੇਸ਼ਨ, ਉਹ ਗੱਲ ਹੋ ਰਿਹਾ। ਮਗਰ ਉਹ ਤਾਂ ਜੰਗ ਐਲਾਨੀ ਜੰਗ ਹੈ, ਭੈਣ ਦੀ ਜੰਗ, ਜਿਹੜੀ ਜੰਗ ਹੀ ਲੱਗੀ ਉਹ ਤਾਂ ਪਤਾ ਹੀ ਲੱਗੀ ਫਿਰ ਤਾਂ ਗੱਲ। ਮਗਰ ਇਹ ਜਿਹੜੀ ਸੀਗੀ ਸਰਜੀਕਲ ਸਟ੍ਰਾਈਕ, ਇਹ ਆਪਣੇ ਆਪ ਉਹਨੇ ਕੀਤੀ, ਇਹ ਕਰਵਾਈ ਗਈ, ਅਤੇ ਮੈਂ ਸਮਝਦਾ ਇਹਦੇ 'ਚ ਰਾਜਨੀਤਿਕ ਪੱਖ ਹੈਗਾ ਜਿਹੜਾ ਅੱਜ ਤੱਕ ਕਾਇਮ ਹੈ, ਜਿਹੜਾ ਅੱਗੋਂ ਵੀ ਰਹੇਗਾ। ਕਿਉਂ ਜਿਹੜੇ ਉਸ ਸਮੇਂ ਫਿਰ ਉਹਦੇ 'ਚ ਕਈ ਟੈਕਨੀਕਲ ਚੀਜ਼ਾਂ ਨੇ, ਕਈ ਚੀਜ਼ਾਂ, ਪਰ ਆਪਣੇ ਵੀ ਕੁਛ ਇੱਕ ਰਾਸ਼ਟਰੀ ਨੇਤਾ ਕਹਿਣ ਲੱਗ ਪਏ ਕਿ ਕੋਈ ਸਬੂਤ ਜੇ ਪਾਕਿਸਤਾਨ ਮੰਗਦਾ ਦਿਓ, ਮਤਲਬ ਸ਼ੰਕੇ ਜ਼ਾਹਿਰ ਹੋਣ ਲੱਗ ਪਏ। ਪਰ ਬ੍ਰਿਗੇਡੀਅਰ ਸਾਹਿਬ, ਜਿਹੜੀ ਇਹ ਹੁਣ ਵੀਡੀਓ ਜਾਰੀ ਕਰ ਦੇਣੀ, ਇਹਦੀ ਫੁਟੇਜ ਉਹ ਇੱਕ ਚੈਨਲ ਨੂੰ ਜਿਹੜੀ ਦੇ ਦੇਣੀ, ਚੈਨਲ ਨੇ ਕੋਈ ਆਪ ਜਾ ਕੇ ਤਾਂ ਕਰਨੀ ਲਈ, ਜਾਂ ਤਾਂ ਉਹ ਫੌਜ ਤੋਂ ਨਿਕਲੀ ਆ ਜਾਂ ਸਰਕਾਰ ਨੇ ਜਿਹੜੀ ਆ ਉਹ ਪ੍ਰੋਵਾਈਡ ਕੀਤੀ ਆ, ਕੀ ਤੁਸੀਂ ਇਹਨੂੰ ਠੀਕ ਸਮਝਦੇ ਹੋ ਜਿਹੜੀ ਸਾਹਮਣੇ ਆ ਜਾਣੀ, ਵਾਇਰਲ ਹੋ ਜਾਣੀ? ਉਹ ਬਿਲਕੁਲ ਗਲਤ ਹੈ, ਉਹ ਨਹੀਂ ਸੀ ਸਾਹਮਣੇ ਆਉਣੀ ਚਾਹੀਦੀ, ਅਤੇ ਫੌਜ ਤਾਂ ਲੀਕ ਨਹੀਂ ਕਰ ਸਕਦੀ, ਇਹ ਸਾਨੂੰ ਪਤਾ। ਮੈਂ ਤੁਹਾਨੂੰ ਦੱਸ ਕੇ ਹਟਿਆ ਕਿ ਅਸੀਂ ਇਹੋ ਜਿਹੇ ਓਪਰੇਸ਼ਨ ਕੀਤੇ ਜਿਹੜੇ ਕਿ ਅੱਜ ਵੀ ਮੈਂ ਦੱਸਣ ਨੂੰ ਤਿਆਰ ਨਹੀਂ। ਕਿਉਂਕਿ ਜਦੋਂ ਗੱਲ ਫੌਜ ਦੀ ਆ ਗਈ, ਫੌਜੀ ਦੀ ਆ ਗਈ, ਫੌਜੀ ਅਫਸਰ ਦੀ ਆ ਗਈ, ਅਤੇ ਉੱਥੋਂ ਜਿਹੜਾ ਅਗਲਾ ਬਿਲਕੁਲ ਨੈਕਸਟ ਸਟੈਪ ਹੁੰਦਾ ਨਾ ਜੀ, ਉਹ ਹੁੰਦਾ ਅਸੂਲ ਜਿਹੜੇ, ਕਿਉਂਕਿ ਇਹ ਮੰਨਿਆ ਜਾਂਦਾ ਹੈ ਕਿ ਚਾਹੇ ਤੁਸੀਂ ਹੁਣ ਰਿਟਾਇਰਡ ਵੀ ਹੋ ਗਏ, ਤੁਸੀਂ ਅਰਲੀ ਮਾਰਨਿੰਗ ਉੱਠਦੇ ਹੋ, ਤੁਸੀਂ ਤਿਆਰ ਹੋ ਕੇ ਜਿਹੜਾ ਬੈਠ ਜਾਂਦੇ, ਇਹ ਇੱਕ ਫੌਜ ਦੇ ਡਿਸਿਪਲਿਨ ਦੇ ਵਿੱਚ ਜਿਹੜਾ ਜੀ ਆਉਂਦਾ, ਔਰ ਡਿਸਿਪਲਿਨ ਪਹਿਲਾਂ ਕਦੀ ਭੰਗ ਨਹੀਂ ਸੀ ਹੁੰਦਾ, ਇਹਨੂੰ ਤੁਸੀਂ ਡਿਸਿਪਲਿਨ ਨਾਲ ਜੋੜਦੇ ਹੋ ਜਾਂ ਇਹ ਰਾਜਨੀਤੀ ਹੈ? ਨਹੀਂ, ਇਹ ਫੌਜ ਦਾ ਸਿਆਸੀਕਰਨ ਹੋ ਰਿਹਾ ਅਸਲ 'ਚ ਦੇਖਿਆ ਜਾਏ। ਇਹ ਪੁਆਇੰਟ ਹੈ, ਇਹ ਫੌਜ ਨੂੰ ਬੜੇ ਪੱਖੋਂ ਤੋਂ ਜਿਹੜਾ ਜ਼ਿਕਰ ਕਰਾਂਗੇ ਅਸੀਂ, ਪੋਲੀਟੀਸਾਈਜ਼ ਕਰ ਰਹੇ ਨੇ, ਅਤੇ ਇਹਦੇ ਵਿੱਚ ਉਸ਼ਾਹ ਦਿੱਤੀ ਜਾ ਰਹੀ ਹੈ ਸਾਡੇ ਜਰਨੈਲਾਂ ਨੂੰ ਵੀ, ਉਹ ਇੱਦਾਂ ਬੋਲਣ, ਇੱਦਾਂ ਕਰਨ, ਅਤੇ ਫੌਜ ਨੇ ਤਾਂ ਹੁਕਮ ਮੰਨਣਾ ਹੁੰਦਾ, ਡਿਸਿਪਲਿਨ ਦੀ ਗੱਲ ਕੀਤੀ ਜੀ। ਇਸ ਵਾਸਤੇ ਜਿਹੜੀ ਗੱਲ ਹੋਈ ਸੀ, ਇਹ ਇੰਟੈਂਸ਼ਨਲੀ ਲੀਕੇਜ ਹੋਈ ਹੈ ਜਾਂ ਕੈਸੇ ਹੋਈ ਹੈ, ਅਤੇ ਉਹਦੇ ਜ਼ਰੀਏ ਹੋਈ ਹੈ ਸਿੱਧੇ ਤੌਰ 'ਤੇ ਨਹੀਂ, ਮਗਰ ਤਕਰੀਬਨ 2 ਸਾਲ ਤੋਂ ਬਾਅਦ ਹੁਣ ਜਾ ਕੇ ਉਹਨੂੰ ਲੀਕ ਕਰਨਾ। ਜਿਹੜਾ ਜਿਹੜਾ ਕਿੰਤੂ ਪਰੰਤੂ ਆ, ਕਿਉਂਕਿ ਉਹ ਰਾਜਨੀਤਿਕਾਂ ਨੇ ਉੱਥੋਂ ਫਿਰ ਨਿਕਲ ਜਾਣਾ, ਕਿੰਤੂ ਜਿਹੜੀ ਤੁਸੀਂ ਲੀਕੇਜ ਦੀ ਗੱਲ ਕੀਤੀ ਆ, ਉਹ ਤਾਂ ਜਰਨੈਲਾਂ ਦੇ ਉੱਤੇ ਜਿਹੜਾ ਆਊਗਾ ਨਾ, ਜਾਂ ਅੰਦਰ ਜਿਹੜੇ ਕੁਛ ਨੇ ਉਹਨਾਂ ਦੇ ਉੱਤੇ ਆਊਗਾ ਕਿ ਉਹਨਾਂ ਨੇ ਹੀ ਰਿਲੀਜ਼ ਕੀਤੀ, ਕਿਉਂਕਿ ਇਹ ਕਿਹਾ ਜਾ ਰਿਹਾ ਕਿ ਉਹ ਜਿਹੜੇ ਹੈਲਮੇਟ ਸੀ ਉਹਦੇ ਉੱਤੇ ਲੱਗੇ ਹੋਏ ਸੀ ਕੈਮਰੇ, ਉੱਥੋਂ ਇਹ ਫੁਟੇਜ ਆਈ ਆ। ਹੁਣ ਇੱਕ ਚੈਨਲ ਕਿੱਥੋਂ ਉਹ ਫੁਟੇਜ ਲੈ ਲੈਂਦਾ ਜੀ? ਨਹੀਂ, ਚੈਨਲ ਤਾਂ ਨਹੀਂ ਆਪਣੇ ਆਪ ਲੈ ਸਕਦਾ, ਨਹੀਂ ਲੈ। ਮੋਨੀਟਰਿੰਗ ਤਾਂ ਹੋਈ ਹੈ ਇਹਦੀ, ਕੰਟਰੋਲ ਰੂਮ ਦਿੱਲੀ ਜਿਹੜਾ ਅਸਟੈਬਲਿਸ਼ ਸੀਗਾ, ਉਹ 'ਚ ਪ੍ਰਧਾਨ ਮੰਤਰੀ ਵੀ ਸੀਗੇ, ਅਤੇ ਉੱਥੇ ਸਾਰੀ ਮੋਨੀਟਰਿੰਗ ਹੋ ਰਹੀ ਸੀਗੀ ਜੋ ਕੁਛ ਹੋ ਰਿਹਾ। ਕਮਾਂਡ ਹੈੱਡਕੁਆਰਟਰ ਜਨਰਲ ਹੁੱਡਾ ਸੀਗੇ, ਆਰਮੀ ਕਮਾਂਡਰ ਉਧਮਪੁਰ, ਉੱਥੇ ਵੀ ਮੋਨੀਟਰ ਹੋ ਰਹੀ ਸੀ। ਤਾਂ ਉਹ ਇਹ ਲੀਕੇਜ ਜੋ ਹੋਈ ਹੈ, ਇੰਟੈਂਸ਼ਨਲ ਹੈ ਜਾਂ ਕੈਦਾਂ ਹੋਈ ਹੈ, ਇਹ ਤਾਂ ਹੁਣ ਸਿਆਸਤਦਾਨ ਵੀ ਪੁੱਛਣਗੇ, ਤਾਂ ਬੜੇ ਸਵਾਲ ਤਾਂ ਹੋ ਰਹੇ ਨੇ, ਹੁਣ ਵੀ ਹੋ ਰਹੇ ਨੇ, ਔਰ ਫਿਰ ਇੱਕ ਦੂਜੇ ਤੋਮਤ ਵੀ ਲੱਗ ਰਹੀ ਹੈ, ਇਹ 'ਚ ਕੋਈ ਸ਼ੱਕ ਨਹੀਂ। ਉਦੋਂ ਕੁਐਸਚਨ ਕੀਤਾ ਗਿਆ ਸੀ ਕਿ ਬਈ ਕਿ ਇਹ ਜਾਇਜ਼ ਹੈ, ਇਹ ਠੀਕ ਸੀਗੀ, ਵਾਕਈ ਹੋਈ ਹੈ ਕਿ ਨਹੀਂ ਹੋਈ, ਅਤੇ ਉਹ ਕਿਸੇ ਤਰੀਕੇ ਨਾਲ ਵੀ ਜਿੰਨੀ ਕੁ ਫੁਟੇਜ ਮਿਲੀ ਹੈ, ਜਿੰਨੀ ਕੁ ਦਿਖਾਈ ਗਈ ਹੈ, ਅਤੇ ਉਹ ਹੈ ਤਾਂ ਓਪਰੇਸ਼ਨ ਤਾਂ ਹੋਇਆ, ਆਈ ਵਿਲ ਕਾਲ ਇਟ ਇਨ ਲਾਰਜ ਰੇਡ, ਜਾਂ ਇਹਨੂੰ ਸਰਜੀਕਲ ਕਹਿਣ ਲੱਗ ਪਏ ਹੁਣ, ਸਰ ਇਹ ਹੋਈ ਹੈ। ਅਤੇ ਉਹ ਹੁਣ ਕਿੱਦਾਂ ਗਈ, ਕਿਸ ਤਰ੍ਹਾਂ, ਉਹ ਤਾਂ ਹੁਣ ਸਰਕਾਰ ਇਹਦਾ ਬਾਰੇ ਧਿਆਨ ਕਰ ਸਕਦੀ ਹੈ। ਬ੍ਰਿਗੇਡੀਅਰ ਸਾਹਿਬ, ਜਿਹੜੀ ਸਿਆਸਤ ਹੋ ਰਹੀ, ਚਾਹੇ ਉਹ ਵਿਰੋਧੀ ਧਿਰਾਂ ਦੇ ਉੱਤੇ ਕੁਐਸਚਨ ਰੇਜ਼ ਕਰ ਰਹੀਆਂ ਨੇ, ਚਾਹੇ ਉਹਨਾਂ ਨੇ ਉਦੋਂ ਰੇਜ਼ ਕੀਤਾ ਸੀਗਾ ਜਾਂ ਹੁਣ ਜਿਹੜਾ ਜੀ ਉਹ ਰੇਜ਼ ਹੋ ਰਿਹਾ, ਇਹ ਫੌਜ ਦੇ ਉੱਤੇ ਕਿਤੇ ਨਾ ਕਿਤੇ ਜਿਹੜਾ ਇਹਦਾ ਇੰਪੈਕਟ ਜਿਹੜਾ ਉਹ ਦੇਖਣ ਨੂੰ ਮਿਲੂਗਾ। ਤੁਸੀਂ ਕਿਸ ਤਰ੍ਹਾਂ ਲੈਂਦੇ ਹੋ ਜਿਹੜੀ ਸਿਆਸਤ ਹੋ ਰਹੀ ਫੌਜ 'ਤੇ? ਮੈਂ ਤੁਹਾਨੂੰ ਪਰਸੋਂ ਦੀ ਐਗਜ਼ਾਮਪਲ ਦੇਣਾ ਪੰਨੂ ਸਾਹਿਬ, ਮੈਂ ਆਪਣੇ ਪਟਵਾਰੀ ਕੋਲ ਗਿਆ, ਪਟਵਾਰਖਾਨੇ, ਮੈਨੂੰ ਕੰਮ ਸੀਗਾ, ਅਤੇ ਮੈਨੂੰ ਉਹ ਪਟਵਾਰੀ ਪੜ੍ਹੇ ਲਿਖੇ ਹੋ ਗਏ ਅੱਜ ਕੱਲ੍ਹ, ਅਤੇ ਮੈਨੂੰ ਕਹਿੰਦਾ ਕਿ ਬੈਠ ਜਾਓ ਉੱਥੇ, ਇੱਕ ਪਹਿਲੋਂ ਬੈਠੇ ਸੀ ਦੋ, ਬੈਠ ਜਾਓ।
ਇਹ ਤਾਂ ਨਹੀਂ ਪੁੱਛਿਆ ਉਹਨੇ ਮੈਨੂੰ, ਦੇਖੋ ਅਸਲੀਅਤ ਪਟਵਾਰੀ ਹਮੀਰ ਸਿੰਘ ਨਾਂ ਉਹਦਾ, ਨਾਮ ਹੀ ਲੈ ਲੈਣਾ ਜੀ, ਮੈਨੂੰ ਕਹਿੰਦਾ ਕਿ ਕਿਹੜੇ ਕੰਮ ਆਏ, ਉਹਨੂੰ ਪਤਾ ਸੀ ਵੈਸੇ ਕਿ ਫਰਦ ਫੁਰਦ ਲੈਣੀ ਉਹ ਚੱਲ ਰਿਹਾ ਸੀ ਕੰਮ ਕੋਈ, ਮੈਨੂੰ ਕਹਿੰਦਾ ਇਹ ਦੱਸੋ ਬ੍ਰਿਗੇਡੀਅਰ ਸਾਹਿਬ, ਕਹਿੰਦਾ ਮੈਂ ਤੁਹਾਨੂੰ ਚੈਨਲਾਂ 'ਚ ਸੁਣਨਾ ਪੜ੍ਹਦਾ ਤੁਹਾਡੇ ਲਈ, ਇਹ ਦੱਸੋ ਕਿ ਇਹ ਕੀ ਇਹ ਜਾਇਜ਼ ਹੈਗਾ ਫੌਜ ਦੇ ਓਪਰੇਸ਼ਨ ਨੂੰ ਪਬਲਿਸਾਈਜ਼ ਕਰਨਾ? ਇੱਕ ਪਟਵਾਰੀ ਮੈਨੂੰ, ਇੱਕ ਪਟਵਾਰੀ ਪੁੱਛ ਰਿਹਾ ਮੈਨੂੰ, ਬਹੁਤੀਆਂ ਗੱਲਾਂ ਦਾ ਜਵਾਬ ਤੁਸੀਂ ਦੇਤਾ, ਉਹ ਮੈਨੂੰ ਪੁੱਛਦਾ, ਸੋ ਯੂ ਕੈਨ ਵੈਲ ਇਮੈਜਿਨ, ਉਹ ਕਹਿੰਦਾ ਨਹੀਂ ਦੱਸੋ ਮੈਨੂੰ ਕੰਮ, ਤਾਂ ਤੁਹਾਡਾ ਕੋਈ ਗੱਲ ਨਹੀਂ, ਕੰਮ ਉਹਨੇ ਬਾਅਦ 'ਚ ਬਿਠਾਇਆ ਮੈਨੂੰ, ਪਰ ਉਹ ਮੈਨੂੰ ਬਿਆਨ ਕਰਨਾ ਪਿਆ, ਦੱਸਣਾ ਪਿਆ ਕਿ ਇਹ ਜਾਇਜ਼, ਮੈਨੂੰ ਸਵਾਲ ਇੱਕ ਪਟਵਾਰੀ ਕਰਦਾ, ਅਤੇ ਇਹ ਸਵਾਲ ਆਮ ਜਨਤਾ ਵੀ ਕਰ ਰਹੀ ਹੈ, ਕਿਉਂ ਇਹਦੇ 'ਤੇ ਇਹ 'ਚ ਕੋਈ ਸ਼ੱਕ ਨਹੀਂ ਕਿ ਫੌਜ ਦੇ ਅਕਸ ਨੂੰ ਵੀ ਢਾਹ ਲੱਗਦੀ ਹੈ, ਬਿਲਕੁਲ ਫੌਜ ਦਾ ਇਮੇਜ ਗੈਟਸ ਅਫੈਕਟਿਡ, ਇਹ 'ਚ ਕੋਈ ਦੋ ਰਾਏ ਨਹੀਂ ਹੈਗੀਆਂ, ਮਗਰ ਸਿਆਸਤ ਇਹ 'ਤੇ ਬਹੁਤ ਹੋ ਰਹੀ ਹੈ, ਕਿਉਂਕਿ ਸਿਆਸੀ ਤੌਰ 'ਤੇ ਲਾਹ ਲੈਣ ਵਾਸਤੇ ਇਹਦਾ ਲੰਮੇ ਟਾਈਮ ਦੇ ਉੱਤੇ ਜਿਹੜਾ ਉਹ ਮਾੜਾ ਅਸਰ ਤੁਸੀਂ ਦੇਖਦੇ ਹੋ ਕਿ ਪਊਗਾ? ਦੇਖੀਏ ਇਹ ਅਸਰ ਤਾਂ ਪੋਲੀਟੀਕਲੀ ਅਸਰ ਪਏਗਾ, ਅਗਲੇ ਸਾਲ ਇਲੈਕਸ਼ਨ ਹੋਣੀਆਂ ਨੇ, ਉਹ 'ਤੇ ਵੀ ਇਹਨਾਂ ਨੇ ਇਸਤੇਮਾਲ ਕਰਨਾ, ਇਹਨਾਂ ਨੇ ਪਹਿਲਾਂ ਵੀ ਮੇਰਾ ਖਿਆਲ ਹੋਈ ਉਹਦੇ ਕਰਕੇ ਰਿਹਾ, ਪਹਿਲਾਂ ਵੀ ਕਿਹਾ, ਪਹਿਲਾਂ ਵੀ ਜਿਹੜੀਆਂ ਵਿਧਾਨ ਸਭਾ ਚੋਣਾਂ ਹੋਈਆਂ ਯੂਪੀ 'ਚ ਫੋਟੋ ਫਾਟੋ ਲਾ ਕੇ, ਮਾੜਾ ਅਸਰ ਤਾਂ ਪਏਗਾ, ਠੀਕ ਗੱਲ ਨਹੀਂ ਹੈਗੀ ਜੀ, ਬਿਲਕੁਲ। ਰਿਟਾਇਰਡ ਬ੍ਰਿਗੇਡੀਅਰ ਕੁਲਦੀਪ ਸਿੰਘ ਕਾਲੋਂ ਜੀ ਸਾਡੇ ਨਾਲ ਮਹਿਮਾਨ ਮੌਜੂਦ ਨੇ। ਸਰਹੱਦੀ ਖੇਤਰਾਂ ਦੇ ਬਾਰੇ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਬ੍ਰਿਗੇਡੀਅਰ ਸਾਹਿਬ ਨੇ ਲਿਖਿਆ ਸੀ, ਮੈਂ ਜਿਵੇਂ ਕਿਹਾ ਕਿ ਬਹੁਤ ਉਹ ਬਾਰੀਕੀਆਂ ਦੇ ਨਾਲ ਜਿਹੜਾ ਜੀ ਉਹ ਜਾਣਦੇ ਨੇ ਕਿ ਕਿਵੇਂ ਉਹ ਲੋਕ ਵਾਰ ਵਾਰ ਉੱਜੜੇ। ਪਿਛਲੀ ਵਾਰੀ ਤਾਂ ਜਿਹੜੇ ਪਿਛਲੀ ਸਰਕਾਰ ਹੁੰਦੀ ਸੀ ਪੰਜਾਬ ਦੇ ਵਿੱਚ, ਉਹਨਾਂ ਨੇ ਉਵੇਂ ਉਠਾ ਲਏ ਸੀਗੇ ਉੱਥੋਂ, ਇੱਕ ਸਿਆਸਤ ਜਿਹੜੀ ਕਰਨ ਦੇ ਵਾਸਤੇ ਵੀ ਹਮਲਾ ਹੋਣ ਲੱਗਾ, ਹਮਲਾ ਹੋਣ ਲੱਗਾ। ਉਹਨਾਂ ਵਿਚਾਰਿਆਂ ਦੀ ਅਸੀਂ ਉਹਨਾਂ ਪਿੰਡਾਂ ਦੇ ਵਿੱਚੋਂ ਹਾਂ, ਬ੍ਰਿਗੇਡੀਅਰ ਸਾਹਿਬ ਵੀ ਉਹਨਾਂ ਏਰੀਆਜ਼ ਦੇ ਵਿੱਚੋਂ ਨੇ ਸਰਹੱਦੀ ਖੇਤਰ ਵਾਲਿਆਂ ਤੋਂ, ਉਹਦੇ ਬਾਰੇ ਵੀ ਕੁਝ ਜਿਹੜਾ ਦੀ ਉਹ ਜਾਣਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਸਵਾਗਤ ਹੈ ਜੀ ਇੱਕ ਵਾਰੀ ਫਿਰ ਤੁਹਾਡਾ। ਬ੍ਰੇਕ ਤੋਂ ਬਾਅਦ ਫਾਇਰ ਲਾਈਨ ਦੇ ਵਿੱਚ ਅੱਜ ਮੌਜੂਦ ਨੇ ਜੀ, ਐਕਚੁਅਲੀ ਜਿਹੜੇ ਲਾਈਨ ਦੇ ਉੱਤੇ ਲੜਨ ਵਾਲੇ ਜਿਹੜੇ ਲੋਕ ਨੇ, ਰਿਟਾਇਰਡ ਬ੍ਰਿਗੇਡੀਅਰ ਕੁਲਦੀਪ ਸਿੰਘ ਕਾਲੋ ਹੋਰੀ ਅੱਜ ਵੀ ਲੜਦੇ ਨੇ, ਅੱਜ ਕਲਮ ਦੇ ਨਾਲ ਜਿਹੜਾ ਜੀ ਉਹ ਲੜਦੇ ਨੇ, ਔਰ ਬੜੀ ਜ਼ਰੂਰਤ ਹੈ ਐਕਚੁਅਲੀ, ਕਿਉਂਕਿ ਇਹ ਉਹ ਫੀਲਡ ਹੈ ਜਿਹੜਾ ਇਹਦੇ ਵਿੱਚੋਂ ਆਇਆ ਜੀ, ਉਹੀ ਬੈਟਰ ਦੱਸ ਸਕਦਾ, ਦੂਸਰਾ ਹੋਰ ਕੋਈ ਨਹੀਂ। ਮੈਂ ਜਰਨਲਿਸਟ ਹੈ, ਉਹਦੇ ਬਾਰੇ ਤਾਂ ਮੈਂ ਕੋਈ ਵੀ ਗੱਲ ਜਿਹੜੀ ਉਹ ਕਰ ਸਕਦਾ, ਜੇ ਹੁਣ ਮੈਨੂੰ ਕੋਈ ਇਹ ਕਿਹਾ ਜਾਵੇ ਕਿ ਐਕਸਪਰਟ ਰਾਏ ਜਿਹੜੀ ਹੈ ਜੀ ਡਿਫੈਂਸ ਅਫੈਂਸ ਇਹਦੇ ਬਾਰੇ, ਤਾਂ ਮੇਰਾ ਖਿਆਲ ਉਹ ਮੈਂ ਬਣਾ ਨਹੀਂ ਸਕਦਾ। ਇੱਕ ਉਹਦੇ 'ਤੇ ਟਿੱਪਣੀ ਤਾਂ ਭਾਵੇਂ ਕੋਈ ਵੀ ਕਰ ਸਕਦਾ, ਗਿਆਨਾਂ ਸਿੰਘ ਉਹ ਤਾਂ ਸਾਰੇ ਬੈਠੇ ਨੇ, ਪਰ ਅਸਲ ਦੇ ਵਿੱਚ ਜਿਹੜੀ ਕਹਾਣੀ ਕੀ ਆ, ਉਹ ਇੱਕ ਉੱਚ ਅਹੁਦੇ ਤੋਂ ਰਿਟਾਇਰ ਹੋਏ ਜਿਹੜੇ ਆਫਿਸਰ ਨੇ, ਉਹੀ ਮੇਰਾ ਖਿਆਲ ਬੈਟਰ ਦੱਸ ਸਕਦੇ ਆ। ਬ੍ਰਿਗੇਡੀਅਰ ਸਾਹਿਬ, ਬ੍ਰੇਕ ਤੋਂ ਜਾਣ ਤੋਂ ਪਹਿਲਾਂ ਆਪਾਂ ਜਿਹੜੀ ਸਰਜੀਕਲ ਸਟ੍ਰਾਈਕ ਦੀ ਗੱਲ ਕਰ ਰਹੇ ਸੀਗੇ, ਇਹ ਜਿਹੜਾ ਲਫਜ਼ ਆ ਉਹ ਫੇਮਸ ਹੋਇਆ ਜਿਹੜੋ ਐਪਟਾਬਾਦ ਜਿੱਥੇ ਇਹ ਹੋਇਆ ਸੀਗਾ ਜੀ, ਆਪਣੇ ਉਸਾਮਾ ਬਿਨ ਲਾਦਨ ਵਾਲਾ ਜਿਹੜਾ ਜੀ, ਉੱਥੇ ਇਹ ਉੱਥੋਂ ਨਿਕਲਿਆ ਲਫਜ਼ ਆ, ਜਾਂ ਉਹਨੂੰ ਤੁਸੀਂ ਇਹਦੇ ਨਾਲ ਕਿਤੇ ਨਾ ਕਿਤੇ ਕੰਪੇਅਰ ਕਰਦੇ ਹੋ? ਉਸ ਤੋਂ ਪਹਿਲਾਂ ਹੀ ਸੰਨ 76 ਦੀ ਗੱਲ ਹੈ ਜੀ, ਕਿ ਯੁਗੰਡਾ ਦੇ ਵਿੱਚ ਜਿਹੜੇ ਪੈਲੇਸਟੀਨੀਅਨ ਸੀ ਉਹਨਾਂ ਨੇ ਇੱਕ ਪਲੇਨ ਹਾਈਜੈਕ ਕਰ ਲਿਆ ਸੀ ਜੀ, ਅਤੇ ਉੱਥੇ ਤਕਰੀਬਨ 125 ਜਿਹੜੇ ਸੀਗੇ ਬੰਧਕ ਬਣਾ ਲਏ ਗਏ, ਜਿਹੜੇ ਮੁਸਾਫਰ ਸੀਗੇ ਜੀ, ਅਤੇ ਉੱਥੇ ਉਹਨਾਂ ਨੂੰ ਸਪੋਰਟ ਮਿਲੀ ਯੁਗੰਡਾ 'ਚ, ਨਾਲ ਹੀ ਏਅਰਪੋਰਟ ਸੀਗਾ, ਨਾਲ ਹੀ ਉੱਥੇ ਹੋਰ ਉੱਥੇ ਦਰਿਆ ਨਾਲ ਉੱਥੇ ਨਹਿਰ ਵਗੈਰਾ, ਅਤੇ ਇਜ਼ਰਾਈਲ ਨੇ 4000 ਕਿਲੋਮੀਟਰ ਦੂਰ ਜਾ ਕੇ ਟਾਈਮ ਲੱਗ ਗਿਆ ਜੀ, ਉਹ ਬੰਧਕ 'ਚੋਂ ਜ਼ਿਆਦਾਤਰ ਛੁਡਾ ਲਏ, ਬੇਖਾ 3 ਮਾਰੇ ਗਏ, ਮਗਰ ਇੰਨੀ ਲੰਬੀ ਦੂਰ ਮਾਰ ਕੀਤੀ ਕਿ ਉਹਨਾਂ ਦੇ ਹਵਾਈ ਜਹਾਜ਼ ਵੀ ਉੱਥੇ ਤਕਰੀਬਨ 1 ਦਰਜਨ ਦੇ ਕੀ ਉਡਾ 'ਤੇ ਗਏ। 40-45 ਯੁਗੰਡਾ ਦੇ ਉੱਥੋਂ ਦੇ ਜਿਹੜੇ ਲੋਕ ਸੀ, ਇਹਦੀ ਅਮੀਨ ਨੇ ਅਤੇ ਉਹਨਾਂ ਨੂੰ ਸਪੋਰਟ ਦਿੱਤੀ ਸੀ ਪੈਲੇਸਟੀਨ ਨੂੰ। ਇਹ ਹੈ ਸਰਜੀਕਲ ਸਟ੍ਰਾਈਕ, ਇੰਨੀ ਲੰਬੀ ਦੂਰ ਜਾ ਕੇ ਮਾਰ ਕਰਕੇ ਆਪਣੇ ਆਪ ਨੂੰ ਬਚਾ ਕੇ ਵਾਪਸ ਆਉਣਾ, ਇਹ ਸਰਜੀਕਲ ਸਟ੍ਰਾਈਕ ਉਦੋਂ ਦੀ ਕੰਸੈਪਟ, ਇਹ ਅਸਲੀ ਸਰਜੀਕਲ ਸਟ੍ਰਾਈਕ ਹੈ। ਇਸੇ ਤਰੀਕੇ ਨਾਲ ਅਮੈਰੀਕਾ ਨੇ ਜਿਹੜਾ ਕੀਤਾ, ਦੇਖੋ ਇਹ ਵੀ ਬਹੁਤ ਬੜੀ ਪਲੈਨਿੰਗ ਸੀ, ਬੜੀ ਲੰਬੇ ਅਰਸੇ ਤੱਕ ਪਰਚਾ ਕਰਦੇ ਰਹੇ, ਅਖੀਰ 'ਤੇ ਜਦੋਂ ਪੂਰਾ ਲੋਕੇਟ ਕਰ ਲਿਆ ਅਤੇ ਜਿਹੜੇ ਉਹਨਾਂ ਦੀ ਨੇਵੀ ਦੇ ਜਿਹੜੇ ਸਪੈਸ਼ਲਾਈਜ਼ ਫੋਰਸਿਸ ਸੀਗੇ, ਕਿੰਨੀ ਉਹਨਾਂ ਨੇ ਪ੍ਰਸੀਸ਼ਨ ਦੇ ਨਾਲ, ਜਿਵੇਂ ਉਹ ਬੁੱਕ ਜਿਹੜੀ ਉਹ ਪੜ੍ਹੀ ਹੈ ਉਹਨਾਂ ਦੀ, ਹਾਂਜੀ ਅਤੇ ਉਹ ਮਾਲ ਛੋਟੀ ਛੋਟੀ ਚੀਜ਼, ਛੋਟੀ ਚੀਜ਼ ਕਿੰਨੇ ਨੇ ਉੱਥੇ ਲੋਕ, 24-25 ਜਿੰਨੇ ਵੀ ਉਹਦੇ ਪਰਿਵਾਰ ਦੇ ਮੈਂਬਰ, ਕਦੋਂ ਤੋਂ ਉਹ ਬਿਲਡਿੰਗ ਬਣਨੀ ਸ਼ੁਰੂ ਹੋਈ, ਉੱਥੇ ਕਰਕੇ ਮਾਰ ਮੁਕਾਉਣਾ। ਮਗਰ ਦੋਵਾਂ ਨੇ, ਮੈਂ ਨਹੀਂ ਦੇਖੀ ਇਹਦੀ ਕੋਈ ਇਹਦੀ ਫੁਟੇਜ ਰਿਲੀਜ਼ ਕੀਤੀ ਹੋਈ, ਹਾਂ
ਇਹ ਪੁਆਇੰਟ 'ਚ ਇੱਕ ਇੱਥੇ ਦੋਵਾਂ 'ਤੇ ਮੈਂ ਦੋ ਵੱਡੀਆਂ ਗੱਲਾਂ ਕੀਤੀਆਂ ਨੇ ਜਿਹੜੀਆਂ ਦੋ ਵੱਡੇ ਦੱਸੇ ਨੇ ਇੰਸੀਡੈਂਟਸ ਸਰਜੀਕਲ ਇਹ ਹੈ ਅਸਲੀ ਸਰਜੀਕਲ ਸਟ੍ਰਾਈਕ ਕਿਉਂ ਉਹਦਾ ਪਤਾ ਨਹੀਂ ਲੱਗਣ ਦਿੱਤਾ ਜੇ ਪਾਕਿਸਤਾਨ ਦੇ ਵਾਲਿਆਂ ਨੂੰ ਵੀ ਪਤਾ ਲੱਗਣ ਦਿੱਤਾ ਜਿਹਨਾਂ ਨਾਲ ਉਹਨਾਂ ਦੇ ਫੰਡ ਵੀ ਦਿੰਦੇ ਰਹੇ ਸੰਬੰਧ ਨੇ ਔਰ ਅਮੈਰੀਕਾ ਨੇ ਸਕਸੈਸਫੁਲ ਤਰੀਕੇ ਨਾਲ ਉਹਨੂੰ ਮਾਰਤਾ ਕੀ ਕੀਤਾ ਉਦੋਂ ਬਾਅਦ ਕੀ ਹੋਇਆ ਕਿਸੇ ਨੂੰ ਉਹ ਕਹਾਣੀਆਂ ਠੀਕ ਹੈ ਲਿਖੀਆਂ ਗਈਆਂ ਸਭ ਕੁਝ ਲਿਖੀਆਂ ਮਗਰ ਨਾ ਲੀਕ ਹੋਣ ਦਿੱਤੀ ਇਨਫੋਰਮੇਸ਼ਨ ਨਾ ਕੋਈ ਪਿਕਚਰ ਆਈ ਨਾ ਕੋਈ ਪਿਕਚਰ ਆਈ ਫੁਟੇਜ ਆਈ ਯੁਗੰਡਾ ਵਾਲੇ ਦਾ ਵੀ ਇਹੋ ਹੀ ਹੈ ਐਨਟੀਬੀ ਐਨਟੀਬੀ ਉਹਨੂੰ ਕਹਿੰਦੇ ਨੇ ਐਨਟੀਬੀ ਓਪਰੇਸ਼ਨ ਜਿਹੜਾ ਯੁਗੰਡਾ ਵਾਲਾ ਦੋਵਾਂ ਦਾ ਦੇਖ ਲਓ ਤੁਸੀਂ ਮਗਰ ਆਪਣਾ ਤਾਂ ਛੋਟੀ ਜਿਹੀ ਮੈਂ ਜਿਹਾ ਕਿਹਾ ਐਕਸਟੈਂਸ਼ਨ ਆਫ ਰੇਡ ਹੈ ਇਹ ਅਸਲ ਵਿੱਚ ਸਰਜੀਕਲ ਸਟ੍ਰਾਈਕ ਉਹ ਹੈ ਅਤੇ ਇਹ ਇੰਨਾ ਕਰਕੇ 7 ਘੰਟੇ ਚੱਲੀ ਤਾਂ ਮੈਂ ਸਮਝਦਾ ਹਾਂ ਕਿ ਇਹਦੇ ਵਿੱਚ ਇੰਨੀ ਵੱਡੀ ਇਹਨੂੰ ਪਬਲਿਸਿਟੀ ਦੇ ਕੇ ਬਾਹਰਲੇ ਮੁਲਕਾਂ ਜਾ ਕੇ ਪ੍ਰਧਾਨ ਮੰਤਰੀ ਨੇ ਇਹਦਾ ਬੜੀ ਚਰਚਾ ਕੀਤੀ ਕਿ ਸਰਜੀਕਲ ਸਟ੍ਰਾਈਕ ਕੀਤੀ ਇਲੈਕਸ਼ਨ ਦੇ ਟਾਈਮ 'ਤੇ ਬਹੁਤ ਕੁਛ ਹੋਇਆ ਬ੍ਰਿਗੇਡ ਸਾਹਿਬ ਪ੍ਰਧਾਨ ਮੰਤਰੀ ਦਾ ਅਹੁਦਾ ਬਹੁਤ ਉੱਚਾ ਆ ਉਹਦੇ ਵੱਲੋਂ ਇਸ ਤਰ੍ਹਾਂ ਦੀ ਇਹ ਜਿਹੜੀ ਗੱਲ ਇਹਨੂੰ ਉਭਾਰੇ ਜਾਣਾ ਬਾਹਰਲੇ ਮੁਲਕਾਂ ਦੇ ਵਿੱਚ ਜਾ ਕੇ ਤੁਸੀਂ ਇਹਨੂੰ ਕਿਵੇਂ ਲੈਂਦੇ ਹੋ ਉਹ ਇਸ ਕਰਕੇ ਦੱਸਣਾ ਚਾਹੁੰਦੇ ਨੇ ਕਿ ਸਾਡੀ ਫੌਜ ਸ਼ਕਤੀਸ਼ਾਲੀ ਹੈ ਅਸੀਂ ਪਾਕਿਸਤਾਨ ਜਿਹੜਾ ਕਿ ਸਾਨੂੰ ਜਿਹਨੇ ਕਿ ਪ੍ਰੋਕਸੀ ਵਾਲ ਸ਼ੁਰੂ ਕੀਤੀ ਹੈ ਕਿ ਸਾਡੇ ਕੋਲ ਇੰਨੀ ਸ਼ਮਤਾ ਹੈਗੀ ਕਿ ਅਸੀਂ ਵੀ ਕੈਨ ਸਟ੍ਰਾਈਕ ਇਹ ਦੱਸਣਾ ਚਾਹੁੰਦੇ ਦੂਜਿਆਂ ਨੂੰ ਦੱਸਣਾ ਚਾਹੁੰਦੇ ਨੇ ਆਪਣਾ ਪ੍ਰਭਾਵ ਕਿ ਐਜ਼ ਏ ਪ੍ਰਾਈਮ ਮਿਨਿਸਟਰ ਐਜ਼ ਏ ਸਰਕਾਰ ਹੈਡਿੰਗ ਬ੍ਰਿਗੇਡੀ ਸਾਹਿਬ ਤੁਸੀਂ ਵੀ ਉੱਥੇ ਤਾਇਨਾਤ ਰਹੇ ਹੋ ਜੰਮੂ ਕਸ਼ਮੀਰ ਦੇ ਵਿੱਚ ਸਰਜੀਕਲ ਸਟ੍ਰਾਈਕ ਤੋਂ ਬਾਅਦ ਕੋਈ ਹੱਲ ਤਾਂ ਹੋਇਆ ਨਾ ਲਾਸ਼ਾਂ ਤਾਂ ਅੱਜ ਵੀ ਆਉਂਦੀਆਂ ਨੇ ਉਹ ਬਲਕਿ ਜ਼ਿਆਦਾ ਜਿਹੜਾ ਮੰਤਵ ਸੀਗਾ ਜਿਹੜਾ ਪਰਪਸ ਸੀਗਾ ਜਿਹੜਾ ਉਦੇਸ਼ ਸੀਗਾ ਉਹ ਹਾਸਲ ਨਹੀਂ ਹੋਇਆ ਉਹ ਇਸ ਕਰਕੇ ਕਿ ਤੁਰੰਤ ਇਹ ਸਪਟੰਬਰ 'ਚ ਹੋਇਆ ਅਤੇ ਪਹਿਲੇ ਹਫ਼ਤੇ ਅਕਤੂਬਰ 'ਚ 2-3 ਅਕਤੂਬਰ ਨੂੰ ਬਾਰਾਮੂਲਾ 'ਤੇ ਉੱਥੇ ਰਾਸ਼ਟਰੀ ਰਾਈਫਲਾਂ ਦੀ 48 ਬਟਾਲੀਅਨ ਜਦੋਂ ਉੱਥੇ ਹੋ ਗਿਆ ਪੁਲਵਾਮਾ ਉੱਥੇ ਦੇਖ ਲਓ ਸ਼ੋਪੀਆਂ ਇਹ ਇੱਕੋ ਪਹਿਲੇ ਹਫ਼ਤੇ 'ਚ ਹੁੰਦੇ ਗਏ ਔਰ ਹਾਫਿਜ਼ ਸਈਦ ਨੇ ਐਲਾਨ ਕੀਤਾ ਸੀ ਕਿ ਮੈਂ ਇਹਦਾ ਬਦਲਾ ਲਵਾਂਗਾ ਸੁਨਜਵਾਨ ਅਟੈਕ ਠੀਕ ਹੈ ਨਗਰੋਟਾ 'ਤੇ ਇਹ ਸਾਰੇ ਉਦੋਂ ਬਾਅਦ ਵਧੇ ਗਏ ਔਰ ਉਹਨਾਂ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਉਹ ਪਾਕਿਸਤਾਨ ਨੇ ਭਾਵੇਂ ਉਹ ਜੋ ਮਰਜ਼ੀ ਕਹੀ ਜਾਣ ਸਾਡੇ ਅੱਤਵਾਦੀ ਸੰਗਠਨ ਜਾਂ ਸਾਨੂੰ ਪਤਾ ਨਹੀਂ ਮਗਰ ਉਹਨਾਂ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਅਸੀਂ ਜਵਾਬ ਦੇ ਸਕਦੇ ਹਾਂ ਅਸੀਂ ਇੱਥੋਂ ਤੱਕ ਸੀਮਤ ਨਹੀਂ ਸਾਡੇ ਕੋਲ ਨਿਊਕਲੀਅਰ ਪਾਵਰ ਵੀ ਹੈ ਉਹਨਾਂ ਨੇ ਆਪਣੀ ਫਾਇਰਿੰਗ ਤੇਜ਼ ਕਰਤੀ ਉਹ ਜਿਹੜੇ LOC ਵਾਇਓਲੇਸ਼ਨ ਉਲੰਘਣਾ ਹੋਈਆਂ ਉਹ ਵਧੀਆ ਗਈਆਂ ਲਗਾਤਾਰ ਹੋ ਰਹੀਆਂ ਲਗਾਤਾਰ ਵਧੀਆ ਗਈਆਂ ਫਿਰ ਐਕਸਟੈਂਸ਼ਨ ਹੋ ਗਈ ਜੇ ਹੁਣ ਤੁਸੀਂ ਉਸ ਵਿਸ਼ੇ 'ਤੇ ਗੱਲ ਵੀ ਥੋੜ੍ਹੀ ਸ਼ੁਰੂ ਕੀਤੀ ਆ ਰਹੇ ਹੋ ਕਿ ਪਹਿਲਾਂ ਤਾਂ ਲਾਈਨ ਆਫ ਕੰਟਰੋਲ ਜਿਹੜੀ ਤਕਰੀਬਨ 740-745 ਕਿਲੋਮੀਟਰ ਹੈ ਉਦੋਂ ਬਾਅਦ ਇੰਟਰਨੈਸ਼ਨਲ ਬਾਰਡਰ ਸਾਂਭਾ ਅਤੇ ਆਪਣਾ ਜੰਮੂ ਅਤੇ ਸਾਰਾ ਅਰਸਪੁਰਾ ਇਹ ਸਾਰਾ ਇੰਟਰਨੈਸ਼ਨਲ ਬਾਰਡਰ ਵਧੇ ਵਧੇ ਪਠਾਨਕੋਟ ਇਹ ਇਸ ਪਾਸੇ ਨੂੰ ਆ ਰਹੇ ਇੰਟਰਨੈਸ਼ਨਲ ਬਾਰਡਰ ਇੱਥੇ ਫਾਇਰਿੰਗ ਲਗਾਤਾਰ ਕੈਜੁਅਲਟੀਜ਼ ਹੋ ਰਹੀਆਂ ਨੇ ਤਾਂ ਇਹ ਸਾਰਾ ਐਕਸਟੈਂਸ਼ਨ ਹੋ ਗਿਆ ਮਤਲਬ ਕਿ ਇਹ ਜ਼ਿਆਦਾ ਵਧੀ ਗਈ ਔਰ ਜੋ ਜੰਮੂ ਕਸ਼ਮੀਰ 'ਚ ਹੋ ਰਿਹਾ ਬੁਖਾਰੀ ਦੇਖੋ ਉਹ ਇੰਨਾ ਵੱਡਾ ਜਰਨਲਿਸਟ ਜੀ ਬਿਲਕੁਲ ਉਹ ਔਰ ਸਾਡਾ ਇੱਕ ਸਿਪਾਹੀ ਔਰੰਗਜ਼ੇਬ ਇਹਦਾ ਮਤਲਬ ਇਹ ਕਿ ਅਸੀਂ ਔਰ ਮਾਰਨ ਵਾਲੇ ਕੌਣ ਨੇ ਫੌਜ ਤਾਂ ਫੜਾ ਕੇ ਦਿੰਦੀ ਹੈ ਇਹ ਛੁੱਟ ਕਿੱਥੇ ਜਾਂਦੇ ਨੇ ਫਿਰ ਇਹ 'ਚ ਕੀ ਸਿਆਸਤ ਨਹੀਂ ਹੈਗੀ ਜਾਂ ਪੁਲਿਸ ਦੀ ਕਮਜ਼ੋਰੀ ਪੈਰਾਮਿਲਟਰੀ ਅਸੀਂ ਲੱਗੇ ਸਾਰੇ ਹੁੰਦੇ ਨੇ ਤਾਂ ਇਹ ਉਹ ਬਲਕਿ ਜ਼ਿਆਦਾ ਹੋ ਰਹੇ ਨੇ ਪੱਥਰਬਾਜ਼ੀ ਜ਼ਿਆਦਾ ਹੋ ਗਈ ਫਿਰ ਸਿਆਸਤਦਾਨ ਇਸ ਨੂੰ ਬਲੇਮ ਕਿਉਂ ਅਗਰ 10,000 ਪੱਥਰਬਾਜ਼ ਜੋ ਕਿ ਬਾਹਰੋਂ ਪੱਥਰ ਲਿਆ ਕੇ ਫੌਜ ਨੇ ਉੱਤੇ ਇੱਥੇ ਕਰਦੇ ਉਹਨਾਂ ਨੂੰ ਛੱਡ ਦਿੱਤਾ ਜਾਂਦਾ ਜਨਰਲ ਹੂਨ ਸਾਹਿਬ ਆਏ ਸੀ ਇਸੇ ਪ੍ਰੋਗਰਾਮ ਦੇ ਵਿੱਚ ਮੈਂ ਸਵਾਲ ਉਹਨਾਂ ਨੂੰ ਵੀ ਇਹ ਕੀਤਾ ਸੀਗਾ ਮੈਂ ਤੁਹਾਨੂੰ ਵੀ ਕਰਨਾ ਚਾਹੁੰਦਾ ਫਿਰ ਹੱਲ ਕੀ ਹੈ ਇਹ ਜੰਮੂ ਕਸ਼ਮੀਰ ਵਾਲੀ ਸਮੱਸਿਆ ਦਾ ਜੰਮੂ ਕਸ਼ਮੀਰ ਦੀ ਸਮੱਸਿਆ ਜਿਹੜੀ ਹੈ ਨਾ ਇਹ ਇੱਕ ਸਿਆਸੀ ਸਮੱਸਿਆ ਉੱਥੇ ਜਿਹੜੀ ਆਬਾਦੀ ਹੈ ਉਹਦੇ 'ਚੋਂ 60% ਮੈਂ ਕਸ਼ਮੀਰ ਵਾਦੀ ਦੀ ਗੱਲ ਕਰ ਰਿਹਾ ਉਹ 30 ਸਾਲ ਤੋਂ ਘੱਟ ਉਮਰ ਵਾਲੇ ਨੇ ਇਹਦਾ ਮਤਲਬ ਯੁਵਾ ਪੀੜ੍ਹੀ ਨੌਜਵਾਨ ਅਤੇ ਉਹਨਾਂ ਦਾ ਇੱਕ ਕਿਸਮ ਦਾ ਪਾਕਿਸਤਾਨ ਦੀ ਤਰਫੋਂ ਔਰ ਆਪਣੇ ਵੀ ਉਹਨਾਂ ਨੂੰ ਇਸਲਾਮੀਜ਼ਾਈਜੇਸ਼ਨ ਕਰ ਰਹੇ ਨੇ ਉਹਨਾਂ ਦਾ ਇੱਕ ਕਿਸਮ ਦਾ ਉਹਨਾਂ ਨੂੰ ਗੁੰਮਰਾਹ ਕਰਕੇ ਇਸ ਪਾਸੇ ਤੋਰ ਰਹੇ ਨੇ ਕਿਉਂ ਉੱਥੇ ਬੜੀਆਂ ਚੀਜ਼ਾਂ ਸਮੱਸਿਆ ਉੱਥੇ ਬੇਰੁਜ਼ਗਾਰੀ ਦਾ ਵੀ ਹੈਗੀ ਉੱਥੇ ਡਿਵੈਲਪਮੈਂਟ ਵੀ ਹੈਗੀ ਪੈਸਾ ਤਾਂ ਆਉਂਦਾ ਪਰ ਨਜ਼ਰ ਨਹੀਂ ਆਉਂਦਾ ਲੱਗਿਆ ਇਸ ਵਾਸਤੇ ਇਹ ਸਮੱਸਿਆ ਬੜੀ ਪੇਚੀਦਾ ਹੋ ਚੁੱਕੀ ਹੈ ਦੇਖੋ ਉਹਨਾਂ ਨੇ ਵਿੱਚ ਇਹਨਾਂ ਨੂੰ ਮੌਕਾ ਵੀ ਦਿੱਤਾ 1 ਮਹੀਨਾ ਮੌਕਾ ਮਿਲ ਗਿਆ ਰਮਜ਼ਾਨ ਦੇ ਟਾਈਮ 'ਤੇ ਉੱਥੇ ਮਗਰ ਨਹੀਂ ਹਟੇ ਪਰ ਉਹ ਨਹੀਂ ਹਟੇ ਉਹ ਜੇ ਕੋਈ ਫੌਜੀ ਉੱਥੇ ਗਲਤੀ ਨਾਲ ਉਹਦੇ ਥੱਲੇ ਕੋਈ ਆ ਗਿਆ ਗੱਡੀ ਦੇ CRP ਥੱਲੇ ਉਹ ਬਚ ਬਚਾ ਕੇ ਨਿਕਲਿਆ ਉਹਦੇ ਖਿਲਾਫ
ਉਹਦੀ ਯੂਨਿਟ ਖਿਲਾਫ ਐਫ ਆਈ ਆਰ ਦਰਜ ਕਰ ਲਓ। ਪਰ ਜਿਹੜੇ ਨੁਕਸਾਨ ਕਰ ਰਹੇ ਨੇ, ਜਿਹੜੇ ਪਾਕਿਸਤਾਨ ਦੇ ਝੰਡੇ ਫੈਲਾ ਰਹੇ ਨੇ, ਜਿਹੜੇ ਅਸੈਂਬਲੀ ਦੇ ਵਿੱਚ ਪਾਕਿਸਤਾਨ ਦੇ ਹੱਕ 'ਚ ਨਾਅਰੇ ਲਾ ਰਹੇ ਨੇ, ਅਤੇ ਕੀ ਇਹ ਸਿਆਸੀ ਲੋਕ ਜ਼ਿੰਮੇਵਾਰ ਨਹੀਂ? ਪਰ ਬ੍ਰਿਗੇਡੀਅਰ ਸਾਹਿਬ, ਜਦੋਂ ਆਪਾਂ ਫਿਰ ਇੰਟਰਨੈਸ਼ਨਲ ਲੈਵਲ 'ਤੇ ਚਲੇ ਜਾਈਏ, ਪਿੱਛੇ ਦੇ ਰਿਪੋਰਟ ਜਿਹੜੀ ਆਈ ਯੂ ਐਨ ਓ ਦੀ, ਉਹਦੇ ਵਿੱਚ ਜੰਮੂ ਕਸ਼ਮੀਰ ਦੇ ਉੱਤੇ ਖਾਸ ਤੌਰ ਦੇ ਉੱਤੇ ਹਿਊਮਨ ਰਾਈਟਸ ਜਿਹੜੀ ਉਹਦੀ ਵਾਇਲੇਸ਼ਨ ਦੀ ਗੱਲ ਉਹ ਆ ਗਈ, ਫਿਰ ਇਹਦਾ ਮਤਲਬ ਕਿ ਸਾਡਾ ਕੇਸ ਜਿਹੜਾ ਮੁਲਕ ਦਾ ਆ ਉਹ ਉੱਥੇ ਕਮਜ਼ੋਰ ਹੋਇਆ? ਉਹ ਸਾਡੇ ਦੇਖੋ, ਉਹਨਾਂ ਨੇ ਜਿਹੜੀ ਰਿਪੋਰਟ ਦਿੱਤੀ ਹੈ, ਸਾਡੇ ਆਪਣਾ ਜਿਹੜੇ ਅੰਕੜੇ ਆਏ ਨੇ ਜਿਹੜੇ ਸਿਆਣਾ ਮੁਖੀ ਨੇ ਹੁਣੇ ਪਿੱਛੇ ਜ਼ਾਹਰ ਕੀਤੇ ਹਨ, ਤਕਰੀਬਨ 1,000 ਕੁ 1,200 ਤੋਂ ਜਿਹੜੇ ਸੀਗੇ ਕੇਸ ਰਜਿਸਟਰ ਹੋਏ, ਜਿਹਦੇ 'ਚੋਂ ਸਿਰਫ 31 ਹਿਊਮਨ ਰਾਈਟਸ ਵਾਇਲੇਸ਼ਨ ਵਾਲੇ 31 ਜਿਹੜੇ ਸੀਗੇ ਉਹਨਾਂ 'ਤੇ ਸਿੱਧ ਹੋ ਗਏ ਯੈਸ ਵਾਇਲੇਸ਼ਨ ਹੋਈ। ਉਹਦੇ ਵਿੱਚ 70 ਫੌਜੀਆਂ ਨੂੰ ਜਾਂ ਜਿਹਨੇ ਵਾਇਲੇਟ ਕੀਤੇ ਨੇ ਉਹਨਾਂ ਨੂੰ ਸਜ਼ਾਵਾਂ ਹੋਈਆਂ 1,200 ਇੰਨਾ ਕੁ ਫਿਗਰ ਸੀਗੀ। ਅਤੇ ਇਹਦਾ ਮਤਲਬ ਕਿ ਅਸੀਂ ਉੱਥੇ ਆਪਣਾ ਜਿਹੜਾ ਕੇਸ ਇੰਨਾ ਇਫੈਕਟਿਵਲੀ ਨਹੀਂ ਦੱਸ ਸਕੇ, ਸਾਡੀਆਂ ਬਾਕੀ ਖੁਫੀਆ ਏਜੰਸੀਆਂ ਨੇ ਸਾਰਾ ਕੁਝ ਅਸਲੀਅਤ ਪੇਸ਼ ਨਹੀਂ ਕਰ ਸਕੇ, ਅਤੇ ਬਲੇਮ ਤਾਂ ਆਪਣੇ 'ਤੇ ਆ ਰਿਹਾ, ਪਰ ਅਸਲੀਅਤ ਕੁਛ ਹੋਰ ਹੈ। ਇੰਨਾ ਹੈ ਨਹੀਂ ਸਾਨੂੰ ਫੌਜ, ਮੈਂ ਉੱਥੇ ਆਪ ਰਿਹਾ, ਮੈਂ ਦੇਖਿਆ ਕਿ ਅਸੀਂ ਤਾਂ ਦੇਖੋ ਹੁਣ ਵੀ ਉੱਥੇ ਸਕੂਲ ਵੀ ਚਲਾਏ ਜਾ ਰਹੇ ਨੇ ਬੱਚਿਆਂ ਵਾਸਤੇ, ਉਹਨਾਂ ਵਾਸਤੇ। ਹੁਣ ਸਾਹਿਬ ਇਹ ਕਹਿੰਦੇ ਸੀਗੇ, ਮੈਂ ਤੁਹਾਡੇ ਤੋਂ ਵੀ ਜਾਣਨਾ ਚਾਹੁੰਦਾ ਕਿ ਅਸੀਂ ਫੇਲ ਹੋਏ ਇਸ ਮਾਮਲੇ ਦੇ ਵਿੱਚ, ਵੀ ਸਾਨੂੰ ਉਹਨਾਂ ਬੱਚਿਆਂ ਨੂੰ ਜਿਹੜੇ ਜੰਮੂ ਕਸ਼ਮੀਰ ਵਾਲੇ ਸੀ ਉਹਨਾਂ ਨੂੰ ਲਿਆ ਕੇ ਦੂਜੇ ਸੂਬਿਆਂ 'ਚ ਲਿਆ ਕੇ ਹਾਇਰ ਐਜੂਕੇਸ਼ਨ ਜਿਹੜੀ ਉਹ ਦੇਣੀ ਚਾਹੀਦੀ ਸੀ, ਉਹਨਾਂ ਵਾਸਤੇ ਨੌਕਰੀਆਂ ਦਾ ਇੰਤਜ਼ਾਮ ਕਰਨਾ ਚਾਹੀਦਾ ਸੀ, ਜਿਹੜਾ ਨਹੀਂ ਹੋਇਆ? ਨਹੀਂ, ਉਹ ਤਾਂ ਫਿਰ ਜੇ ਉਹ ਇੱਧਰ ਆ ਕੇ ਜੇ ਹੁਣ ਜਿਹੜੇ ਉੱਥੇ ਵੱਖਵਾਦੀ ਨੇਤਾ ਨੇ ਉਹਨਾਂ ਦੇ ਬੱਚੇ ਸਾਰੇ ਬਾਹਰ ਹੀ ਨੇ, ਜਿਹੜਾ ਅੱਗੋਂ ਲੀਡਰਸ਼ਿਪ ਦੇਣੀ ਹੈ, ਉਹ ਸ਼ਾਦੀ ਵੀ ਉੱਥੇ ਉਹਨਾਂ ਨੂੰ ਧਨ ਦੌਲਤ ਦੀ ਬਹੁਤ ਬੇਸ਼ੁਮਾਰ ਹੈ, ਅਤੇ ਉਹ ਇਹਨਾਂ ਬੱਚਿਆਂ ਨੂੰ ਦੇਖੋ ਓਪਰਚੁਨਿਟੀ ਤਾਂ ਹੈਗੀਆਂ ਨੇ ਜਿਹੜੇ ਜੰਮੂ ਕਸ਼ਮੀਰ, ਕਈ ਤਾਂ IAS ਨਿਕਲ ਗਏ ਨੇ, IPS ਵਾਲੇ ਨਿਕਲ ਗਏ ਨੇ, ਮਗਰ ਪੜ੍ਹੇ ਲਿਖੇ ਵੀ ਹੁਣ ਇਸ ਅੱਤਵਾਦ ਵੱਲ ਆ ਰਹੇ ਨੇ, ਅਤੇ ਇਸ ਵਾਸਤੇ ਉਹਨਾਂ ਨੂੰ ਓਪਰਚੁਨਿਟੀ ਤਾਂ ਹੋਰ ਵੀ ਮਿਲਣੀਆਂ ਚਾਹੀਦੀਆਂ ਸੀ, ਬਲਕਿ ਦੂਜਿਆਂ ਨੂੰ ਵੀ ਇਹਨੂੰ ਵੇਖਾ ਵੇਖੀ। ਬ੍ਰਿਗੇਡੀਅਰ ਸਾਹਿਬ, ਅੱਗੇ ਤੋਂ ਅੱਗੇ ਜਿਹੜਾ ਤੁਹਾਨੂੰ ਨਹੀਂ ਲੱਗਦਾ ਕਿ ਇਹ ਜਿਹੜਾ ਖਤਰਾ ਹੌਲੀ ਹੌਲੀ ਪੰਜਾਬ ਵੱਲ ਨੂੰ ਵੀ ਆ ਸਕਦਾ ਸਰਹੱਦੀ? ਦੇਖੋ ਪਾਕਿਸਤਾਨ ਦੀ ਤਾਂ ਇਹ ਪੋਲਿਸੀ ਹੈਗੀ ਹੈ 1000 ਕੱਟ ਲਾਉਣ ਵਾਲੀ, ਔਰ ਇਹ ਦੋ ਕਿਸਮ ਦੀ ਜੰਗ ਹੈ, ਇੱਧਰ ਤਾਂ ਹੋ ਗਈ ਨਾ ਪ੍ਰੋਕਸੀ ਵਾਰ ਲੋਕ ਛੁਪ ਕੇ, ਇੱਧਰ ਜੇ ਨਸ਼ਿਆਂ ਦੀ ਵਾਰ ਜਿਹੜੀ ਕਿ ਹੁਣ ਆਪਾਂ ਸਰਹੱਦੀ ਜ਼ਿਲ੍ਹੇ ਵਾਲੇ ਹਾਂ ਦੋਵੇਂ, ਅਤੇ ਗੁਰਦਾਸਪੁਰ ਪਠਾਨਕੋਟ ਹੁਣ ਜ਼ਿਲ੍ਹਾ ਬਣ ਗਿਆ, ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨ ਤਾਰਨ ਫਿਰੋਜ਼ ਇਹ ਚੱਲਦਾ ਜਾ ਤਬਾਹ ਕਰਤੇ ਇਹ ਸਾਰੇ ਤਬਾਹ, ਇੱਥੇ ਉਹਨਾਂ ਦੀ ਇਹ ਸਾਜਿਸ਼ ਹੈਗੀ ਹੈ ਕਿ ਬਗੈਰ ਜੰਗ ਲੜਿਓ ਅਤੇ ਆਪਣੀ ਯੁਵਾ ਸ਼ਕਤੀ ਨੂੰ ਤਬਾਹ ਕਰ ਦਿਓ ਤਾਂ ਕਿ ਉਹ ਭਰਤੀ ਹੋਣ ਦੇ ਕਾਬਲ ਹੀ ਨਾ ਰਹਿਣ। ਇੱਥੋਂ ਦੁਬਾਰਾ ਜਿਹੜੀ ਜੀ ਉਹ ਗੱਲ ਤੁਹਾਡੇ ਤੋਂ ਸ਼ੁਰੂ ਕਰਨੀ ਚਾਹੁੰਦਾ, ਉਸ ਪਾਸੇ ਵੱਲੋਂ ਸਰਹੱਦੀ ਖੇਤਰ ਦੇ ਲੋਕਾਂ ਵੱਲ ਤੁਸੀਂ ਪਹਿਲਾਂ ਸਰਹੱਦੀ ਕੋਲੋਂ ਮੈਂ ਗੱਲ ਖਤਮ ਕਰ ਦਿਆਂ ਕਿ ਉੱਥੇ ਹੁਣ ਇੰਨੇ ਨੁਕਸਾਨ ਹੋਇਆ ਕਿ ਹੁਣ ਨਹੀਂ ਬਾਹਰ ਬਾਹਰ ਜੰਗਾਂ ਤੋਂ ਬਾਅਦ ਔਰ ਹੁਣ ਜ਼ਿਆਦਾ ਹੋ ਰਿਹਾ, ਸਰਹੱਦੀ ਲੋਕਾਂ ਦੀ ਹਜ਼ਾਰਾਂ ਦੀ ਗਿਣਤੀ 'ਚ ਉਹ ਤਰਾਸ ਉਸ ਹਜ਼ਾਰਾਂ ਦੀ ਗਿਣਤੀ ਛੱਡ ਕੇ ਆਪਣੇ ਘਰ ਬਾਹਰ ਮਾਲ ਡੰਗਰ ਛੱਡ ਕੇ ਆ ਰਹੇ ਨੇ, ਔਰ ਹੀਰਾਨਗਰ ਇੱਕ ਕੈਂਪ 'ਚ ਇੱਕ ਮੰਤਰੀ ਪ੍ਰਧਾਨ ਮੰਤਰੀ ਦੇ ਦਫ਼ਤਰ 'ਚ ਮੰਤਰੀ ਆਪਣੇ ਹੋਰ ਇੱਕ ਮੰਤਰੀ ਸਾਥੀਆਂ ਨਾਲ ਡਿਵੀਜ਼ਨਲ ਕਮਿਸ਼ਨ ਲੈ ਕੇ ਪਹੁੰਚ ਕੇ ਰਾਹਤ ਕੰਮ 'ਚ ਕੇਲੇ ਲੈ ਕੇ ਪਹੁੰਚ ਕੇ। ਆਪਾਂ ਇੱਥੋਂ ਹੀ ਗੱਲ ਕਰਦੇ ਹਾਂ ਜੀ, ਮੈਂ ਓਵਰਆਲ ਜਾਣਨੀ ਚਾਹੁੰਦਾ ਤੁਹਾਡੇ ਕੋਲ ਜੰਮੂ ਕਸ਼ਮੀਰ ਵਾਲੇ ਸਰਹੱਦੀ ਲੋਕਾਂ ਦੀ ਵੀ ਔਰ ਪੰਜਾਬ ਦੇ ਜਿਹੜੇ ਸਰਹੱਦਾਂ ਦੇ ਉੱਤੇ ਬੈਠੇ ਲੋਕ ਜਿਹੜੇ ਰੋਜ਼ ਜੰਗ ਲੜਦੇ ਆ, ਉਹਨਾਂ ਦੇ ਵਾਸਤੇ ਰੋਜ਼ 65 ਰਹਿੰਦਾ, ਉਹਨਾਂ ਦੇ ਵਾਸਤੇ ਰੋਜ਼ 72 ਜਿਹੜਾ ਜੀ ਉਹ ਬਣਿਆ ਰਹਿੰਦਾ, ਕੋਈ ਪਤਾ ਨਹੀਂ ਉਹਨਾਂ ਨੇ ਕਦੋਂ ਉਹਨਾਂ ਨੂੰ ਉੱਠਣਾ ਪੈ ਜਾਣਾ। ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਅਸੀਂ ਲਾਸਟ ਸੈਗਮੈਂਟ ਵੱਲ ਨੂੰ ਵਧਾਂਗੇ ਔਰ ਬ੍ਰਿਗੇਡੀਅਰ ਸਾਹਿਬ ਦੇ ਰਾਹੀਂ ਜਾਣਨਾ ਚਾਹੁੰਦਾ ਕਿ ਉਹ ਲੋਕ ਜਿਹੜੇ ਨੇ ਕਦੀ ਉਹ ਵੀ ਸੁਖਾਲੇ ਹੋ ਸਕਣਗੇ ਜਾਂ ਨਹੀਂ। ਵਾਪਸ ਪਰਤ ਰਹੇ ਹਾਂ ਜੀ ਇਸ ਬ੍ਰੇਕ ਤੋਂ ਬਾਅਦ। ਸਵਾਗਤ ਹੈ ਜੀ ਇੱਕ ਵਾਰੀ ਫਿਰ ਤੁਹਾਡਾ ਬ੍ਰੇਕ ਤੋਂ ਬਾਅਦ ਔਰ ਫਾਇਰ ਲਾਈਨ ਦੇ ਲਾਸਟ ਸੈਗਮੈਂਟ ਵੱਲ ਨੂੰ ਅਸੀਂ ਜਿਹੜਾ ਜੀ ਉਹ ਵੱਧ ਰਹੇ ਹਾਂ। ਬ੍ਰਿਗੇਡੀਅਰ ਸਾਹਿਬ ਨੇ ਬੜਾ ਹੀ ਡਿਟੇਲ ਦੇ ਵਿੱਚ ਜਿਹੜਾ ਜੀ ਵਿਸਤਾਰ ਦੇ ਵਿੱਚ ਜਿਹੜਾ ਉਹ ਦੱਸਿਆ ਕਿ ਕੀ ਕੁਛ ਜਿਹੜਾ ਜੀ ਉਹ ਚੱਲ ਰਿਹਾ। ਬ੍ਰਿਗੇਡੀਅਰ ਸਾਹਿਬ, ਜਿਹੜੀ ਪਿਛਲੇ ਦਿਨਾਂ ਦੇ ਵਿੱਚ ਕੁਛ ਵੀਡੀਓਜ਼ ਸਾਹਮਣੇ ਆਉਂਦੀਆਂ ਨੇ, ਇਹ ਗੱਲਾਂ ਵੀ ਸਾਹਮਣੇ ਆਉਂਦੀਆਂ ਕਿ ਫੌਜ ਨੂੰ ਇਹ ਕਿਹਾ ਗਿਆ ਜੀ ਇੱਕ ਵਰਦੀ ਆਪੇ ਤੁਸੀਂ ਲਓ, ਜਾਂ ਇਹ ਕਿਹਾ ਗਿਆ ਕਿ ਰੋਟੀ ਪਾਣੀ ਜਿਹੜਾ ਉਹਨਾਂ ਦਾ ਬੜਾ ਜਿਹੜਾ ਜੀ ਉਹ ਮਾੜੇ ਕਿਸਮ ਦਾ ਜਿਹੜਾ ਹੋ ਗਿਆ। ਸਮੱਸਿਆਵਾਂ ਜਿਹੜੀਆਂ ਫੌਜ ਦੀਆਂ ਵੀ ਬਹੁਤ ਸਾਰੀਆਂ ਨੇ ਜੀ, ਕੀ ਤੁਸੀਂ ਦੇਖਦੇ ਹੋ? ਤੁਸੀਂ ਤਾਂ ਬਹੁਤ ਹਾਈ ਰੈਂਕ ਤੋਂ ਜਿਹੜਾ ਜੀ ਰਿਟਾਇਰ ਹੋਏ ਹੋ। ਦਰਅਸਲ ਫੌਜ ਦਾ ਜਿਹੜਾ ਅਸਲੀ ਵਰਤੋਂ ਜਿਹੜੇ ਕੰਮ ਵਾਸਤੇ ਹੈਗੀ ਹੈ ਦੇਸ਼ ਦੀਆਂ ਸਰਹੱਦਾਂ ਦੀ ਰਖਵਾਲੀ ਵਾਸਤੇ, ਉਹਨੂੰ ਛੱਡ ਕੇ ਠੀਕ ਹੈ ਪ੍ਰੋਕਸੀ ਵਾਰ ਲੜ ਰਹੇ ਨੇ ਦਿਨ ਰਾਤ, ਉਹ ਪ੍ਰੈਸ਼ਰ ਇੰਨਾ ਜ਼ਿਆਦਾ ਵੱਧ ਗਿਆ ਕਿ 2015 ਦੇ ਵਿੱਚ ਤਕਰੀਬਨ 9,000 ਫੌਜੀ ਜਿਹੜੇ ਸੀਗੇ ਉਹ ਪ੍ਰੀ ਮਚਿਓਰ ਰਿਟਾਇਰਮੈਂਟ ਲੈ ਗਏ। 2017 'ਚ ਤਕਰੀਬਨ 17,000 ਹੋ ਗਿਆ ਜੀ,
क्योंकि उन्होंने मैंटल टेंशन उन्हां दियां घर दियां समस्यावां उन्हां दे कोल साजो समान की घाट सर्जिकल स्ट्राइक वास्ते इकट्ठे करके इधरों उधरों लिया के वो तो ठीक है करता काम वो संचार साधन आ गए सब कुछ आ गया मगर हाले ओवरऑल जिहड़ा डिफेंस बजट है वो पन्नू साहब 1.57 जी डी पी है जदों कि पार्लीमेंट कमेटी ऑन डिफेंस उन्हें रिकमेंड किया कि घट्टो घट 3% होना चाहिए वह प्रभाव फौज की एक रेवेन्यू बजट के उत्ते दूजा जिहड़ा मॉडर्नाइजेशन है वो पै रहा है तो वो क्यों क्योंकि वो बार बार कोई एक्विजिशन कोई लैंड को गन्ना तोपा जा कि हवाई जहाज लैंदे वो विचे रहिंदा कोई अगली सरकार आ जांदी है वो पूरा नहीं हुंदा ये कह देना ब्रिगेडियर साहब एक पासे तो 56 इंच की छाती ज इन्ना कुछ फिर जो थानू ये पता है एक पासे चाइना बहुत स्ट्रोंग जड़ा जी वो बन के उभर रहा पाकिस्तान जड़ा जी वो थानू टिकट नहीं दे रहा फिर ये जड़े कट लाने और दसना वो वास्ते जड़ा जी वो कुछ जाके फिर साजिश की हो रही है देखो ये तो सिर्फ पोलीटिकली अपना फायदा लै रहे हैं गलत तौर पर पेश किया जा रहा कभी कहते हैं कल ही मैं देख रहा राज्यसभा टीवी आ रहा है वन रैंक वन पेंशन जी तो वो पहली बार 17 फरवरी 2014 कांग्रेस सरकार के टाइम पहली बार पार्लीमेंट हुई फिर अप्रैल 2014 इन्हें की इन बिन लागू नहीं किया जा रहा नहीं किया जा ठीक है वन टाइम इनक्रीज करती पर जो सुप्रीम कोर्ट का फैसला है कि जदों भी तनखा वधी नाल पेंशन वधनी चाहिए जिन्हां ने ब्रिगेडियर साहब सारी उम्र उन्होंने नौकरी की जंगा लड़िया उन्होंने बेचारियों नूं जाके हड़तालों से बैठना पै रहा बिल्कुल उत्थे फौजी जिहड़े नौकरी कर रहे हैं वो छुप छुपे मतलब वो पूरी कर रहे हैं क्यों और जिहड़ी साडा सब तो वड्डा काम है जिहड़ा फौज का जिहड़ा नुकसान हो रहा इज्जत मान सत्कार का स्टेटस थले आ गया स्टेटस जदों पार्टीशन के टाइम के उत्ते एक ब्रिगेडियर का स्टेटस चीफ सैकटरी के बराबर से हूँ डी आई जी के को आ गया सिपाही कोई पुछता नहीं उन्होंने परिवारों को पुछता नहीं धक्के मिलते हैं अदालतों के होर तो गल्लां सो गल्लां कतर ती जंग के महानायक फील्ड मार्शल मानिकशाह उन्होंने फील्ड मार्शल रैंक तो देता पर उन्होंने जोड़े तनखा जरा पत्ते जो दफ्तर बड़ा मान सम्मान जो करना सी वो जाके उदों मिले उन्हां दी मौत तो थोड़ा चिर पहलों वह भी जदों राष्ट्रपति अब्दुल कलाम गए फिर उन्होंने बंदा मान सम्मान नहीं दिता गया सुपुरदे खाक करते समय वो कोई डिफेंस मिनिस्टर नहीं कोई नहीं गया बाकी तुरे फिरते हैं तो इस तरीके नाल एक कहंदे ने कि फौज नूं ते हुण इस्तेमाल कर दिओ फुट ओवर ब्रिज बनाउण वास्ते दूजे मेलियां वास्ते वो कहता गया जदों रक्षा मंत्री पहला ही काम यह किया कि जिहड़े हाई अल्टीट्यूड गए जिहड़े टूरिस्ट गंदगी पाते उन्होंने चुकन हूँ कहता है कि छाउनियाँ खोल दो सिक्योरिटी उच्चे ने पढ़ते ने उ परिवार ने तो वो पहलों भी है यह जी गल नहीं लिमिटेड खुलिया ने पर जे चैकिंग होंगी है उत्थे साजो समान उत्थे हथियार उत्थे चीज़ा है ने बिल्कुल सब ये मुल्क प्रस्ती का सब तो वध रौला तो यही पाँदे जिहड़े मौजूदा काबिन ने फिर ये तो तुहानू लगता नहीं कि फ्लड गेट खोल रहे फौज के उत्ते भी जाओ जो मर्जी करो बिल्कुल यो तो गल माड़ी है कि ये देश की सुरक्षा बारे किसी नूं कोई चिंता नहीं अपना राजपाल कायम करने वास्ते अपनी कुर्सी कायम करने वास्ते भावें केंद्र सरकार हो या सूबा सरकार हो तो केंद्रित करते हैं और जो इज्जत मान जो पिछले साल जंतर मंत्र के बगैर किसी नोट हाले 3 दिन रेंदे सन ग्रीन ट्रिब्यूनल वालों उत्थे संघर्ष कर गए उन्होंने उठा उ जिस तरीके मैडल रोले गए एक इज्जत मान है बिल्कुल फौजियों वास्ते ये मिल रहा जिन्होंने जंगा जितिया ने जंगा तो फौज जिते पर हारते सियासतदान जल हरबख्श सिंह ने पंजाब बचाया 65 की जंग च जम्मू कश्मीर बचाया और ते चाहिदा सी के उन्होंने उच्च पदवी ते नवाजा जांदा भारत रत्न नाल सम्मानित किया जांदा कि जिन्होंने के स्टैंड लिया और तगड़ा स्टैंड लिया कि मैं ब्यास के पिछे नहीं आना तो की है सरकार के भुल जाते हैं जो फौज थोड़ी जी कुर्बानियां गल है थोड़ा जोड़ा जोश है वो जायज़ है थोड़ा रोस जिहड़ा जी वो 100% जायज़ है जिहड़े ऑफिसर ने जिहड़े रिटायर्ड हो चुके ने जिहड़े फौज दित्ते ने सलूट है उन्होंने और तुसी उन्हां दे कंटीन्यूस जिहड़ा जी वह आवाज़ बुलंद करदे हो अपने आर्टिकल दे राही इस तरह दी इंटरव्यूज़ दे राही अज दे इस प्रोग्राम तुसी आए बड़ी बेबाकी दे नाल तुसी सब कुछ क्लीयर किया जी बहुत धन्यवाद थोड़ा थैंक यू बहुत मेहरबानी जी रिटायर्ड ब्रिगेडियर कुलदीप सिंह कालों साहब इहो जे जड़िया शख्सियतों ने उन्होंने उत्ते सानू जिहड़ा जी वो माण है पूरा माण है साडा अपना सीना जिहड़ा वो चौड़ा हो जाता जदों असीं इन्हां लोकां दीआं प्राप्तियां देखते हैं पर जे अज
ਇਹ ਜਿਹੜੇ ਰਿਟਾਇਰਡ ਆਫੀਸਰ ਨੇ ਉਹਨਾਂ ਨੂੰ ਇੱਕ ਟ੍ਰਿਬਿਊਨਲ ਉੱਠ ਕੇ ਕਹਿੰਦਾ ਕਿ ਇੱਥੇ ਤੁਸੀਂ ਐਜੀਟੇਸ਼ਨ ਵੀ ਨਹੀਂ ਕਰ ਸਕਦੇ, ਤਾਂ ਕੁਐਸਚਨ ਮਾਰਕ ਬਹੁਤ ਵੱਡਾ ਜਿਹੜਾ ਜੀ ਉਹ ਖੜ੍ਹਾ ਹੋ ਜਾਂਦਾ। ਇਸ ਕਰਕੇ ਇਹਨਾਂ ਆਫੀਸਰਸ ਦੇ, ਰਿਟਾਇਰਡ ਆਫੀਸਰਸ ਦੇ ਵਾਸਤੇ ਆਵਾਜ਼ ਬੁਲੰਦ ਕਰਦੇ ਰਹਿਣਾ ਸਾਡੇ ਸਾਰਿਆਂ ਦਾ ਜਿਹੜਾ ਜੀ ਉਹ ਫਰਜ਼ ਹੈ। ਪ੍ਰੋਗਰਾਮ ਵੇਖਣ ਅਤੇ ਸੁਣਨ ਦੇ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ। ਅਗਲੇ ਹਫ਼ਤੇ ਇੱਕ ਵਾਰੀ ਫਿਰ ਮੇਰੀ ਮੁਲਾਕਾਤ ਤੁਹਾਡੇ ਨਾਲ ਇੱਕ ਹੋਰ ਸ਼ਖਸੀਅਤ ਦੇ ਨਾਲ ਹੋਊਗੀ। ਤਦ ਤੱਕ ਲਈ ਇਜਾਜ਼ਤ ਦਿਓ ਜੀ, ਧੰਨਵਾਦ, ਸਤਿ ਸ਼੍ਰੀ ਅਕਾਲ।